ਦੂਰੀ ਇਹਦਾ ਕੰਮ ਹੈ ਠੱਗੀ ਠੋਰੀ ਨਾ ਚੋਰੀ ਨਾ ਸੀਨਾ ਜ਼ੋਰੀ ਇਹਦਾ ਕੰਮ ਹੈ ਠੱਗੀ ਠੋਰੀ ਨਾ ਮਾਰੇ ਕਿਸੇ ਨੂੰ ਪੁੱਟੇ ਨਾ ਸਕੀਮਾਂ ਦੁਨੀਆਂ ਲੁੱਟੇ ਇਹਦਾ ਚੁਸਤ ਦਿਮਾਗ ਹੈ ਲੋਕੋ ਇਹਦਾ ਜਾਦੂ ਯੰਤਰ ਯੁਵਰਾਜ ਦਾ ਸਕਾ ਭਤੀਜਾ ਨਟਵਰ ਠੱਗ ਦਾ ਪੋਤਾ ਸ਼ੋਭਰਾਜ ਦਾ ਸਕਾ ਭਤੀਜਾ ਨਟਵਰ ਠੱਗ ਦਾ ਪੋਤਾ ਕਿੱਟੇ ਨੂੰ ਇਹ ਘੋੜਾ ਕਹਿ ਕੇ ਵੇਚੇ ਖੜਾ ਖਲੋਤਾ ਵੇਖੋ ਇਹਦੀਆਂ ਦਾਰਸਤਾਨੀਆਂ ਵੇਖੋ ਹੱਥ ਸਫਾਈ ਗੱਲਾਂ ਦੇ ਇਸ ਜਾਤਰ ਨੂੰ ਹੈ ਮੁਫਤ ਮੁਫਤ ਕਮਾਈ ਦਿਨੇ ਦਿਹਾੜੇ ਮੇਰ ਪਾ ਦੇ ਠੱਗੀਆਂ ਦਾ ਕਨੰਦਰ ਇੱਧਰ ਖੜੀ ਚੱਲੋ। ਹਾਂਜੀ ਜਸਦੇਵ ਸਿੰਘ। ਜਸਦੇਵ ਸਿੰਘ ਨੰਬਰ ਲਿਖਤਾ ਤੋਲਾ ਸਿੰਘ ਜੀ। ਤੋਲਾ ਸਿੰਘ ਜੀ ਮੇਰੇ ਕੋਲ ਨਾ ਸੀਨ ਦਾ ਟਾਈਮ ਨੀ ਸੀਗਾ, ਮੈਂ ਰੈਡੀਮੇਡ ਹੀ ਲਾਇਆ ਵਾਂ। ਰੈਡੀਮੇਡ ਲੈ ਆਉਣਾ ਜੀ, ਅਸੀਂ ਇਹੀ ਅੱਗੇ ਭੇਜ ਦੇਣੀ। ਕੋਈ ਨੀ, ਇੱਧਰ ਖੜ ਜਾਓ। ਆਪਣੇ ਮੁੰਡੇ ਕਾਰਪੈਂਟਰਾਂ ਦਾ ਫੋਨ ਆ ਗਿਆ, ਪਹੁੰਚ ਗਿਆ ਸਾਰੇ ਆਪੂ ਧਾਬੀ। ਵਾਰੀ ਵਾਹ, 250 ਮੁੰਡਾ ਪਹੁੰਚ ਗਿਆ। ਦਰਜੀਆਂ ਆਏ ਮੁੰਡੇ? ਹਾਂਜੀ, 350 ਦਰਜੀ ਮੰਗਿਆ ਵੀ ਸਾਡੇ ਕੋਲੋਂ ਲੈਣੇ। ਅੱਛਾ ਜੀ, ਤਿਆਰੀ ਜੋ ਨਾ ਮੁੰਡਿਓ? ਹਾਂਜੀ। ਪੈਂਟਾਂ ਕਮੀਜ਼ਾਂ ਠੀਕ ਸੀਤੀਆਂ? ਹਾਂਜੀ। ਬਸ ਬਸ, ਵੀਜ਼ੇ ਪੱਕੇ ਸਮਝੋ ਆਪਣੇ। ਜਿੱਦਾਂ ਉਧਰੋਂ ਕੋਈ ਇਨਫੋਰਮੇਸ਼ਨ ਆਉਂਦੀ ਤੁਹਾਨੂੰ ਫੋਨ ਕਰ ਦਿੰਦੇ ਆ। ਠੀਕ ਹੈ, ਠੀਕ ਹੈ। ਵੀਜ਼ੇ ਪੱਕੇ ਸਮਝੋ। ਆ ਪੈਂਟਾਂ ਕਮੀਜ਼ਾਂ ਲੈ ਜੀਏ ਜੀ। ਸੈਂਪਲ ਹੈ ਨਾ ਪੁੱਤਰ, ਸੈਂਪਲ ਦਿਖਾਉਣੇ ਅਸੀਂ ਅੱਗੇ। ਠੀਕ ਹੈ ਜੀ, ਚੰਗਾ ਜੀ, ਚੰਗਾ। ਫੋਨ ਫਾਨ ਕਰ ਦਿਆਂਗੇ, ਚਿੱਠੀਆਂ ਪਾ ਦਿਆਂਗੇ। ਚਲੋ 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 ਗਏ ਸਾਰੇ? ਬਿਲਕੁਲ। ਚੱਕ ਫਿਰ। ਖੇਲ ਲਾ ਗਈ ਜੇ ਸੇਲ, ਖੇਲ ਲਾ ਗਈ, ਸੇਲ ਲਾ ਗਈ, ਸੇਲ। ਇਹ ਪੈਂਟ 150, ਕਮੀਜ਼ 150, ਪੈਂਟ 150, ਕਮੀਜ਼ 150, ਚੱਕ ਕਮੀਜ਼ 150। ਸਾਰੀ ਲੁੱਟ, ਲੁੱਟਾਂ ਪੈ ਗਈਆਂ, ਲੁੱਟਾਂ ਪੈ ਗਈਆਂ। ਲੈ ਵੀ ਉਹ ਮੁੰਡੇ ਡੁਬਈ ਪਹੁੰਚੇ ਨਾ ਪਹੁੰਚੇ, ਵਿੱਕੀ ਬਹੁ ਆਪਣੀ ਡੁਬਈ ਬਣ ਗਈ ਆ। ਇਹਦਾ ਕਰ, ਗੱਡੀ ਤੂੰ ਚਲਾ, ਮੈਨੂੰ ਘਰ ਡਰੋਪ ਕਰਕੇ ਗੱਡੀ ਤੋਂ ਲੈ ਜਾ। ਹੈ ਤੇ ਸਵੇਰੇ ਐਨ ਟਾਈਮ ਸਿਰ ਆ ਜਾ, ਟਿਊਸ਼ਨ ਮਿਸ਼ਨ ਹੋ ਗਿਆ, ਆਪਾਂ ਜਾਲੀ ਵਿਆਹ ਕਰਨਾ ਕੈਨੇਡਾ ਵਾਲਾ। ਮੈਂ ਕਿਹਾ ਗੁਰੂ ਜੀ ਗੱਲੇ ਹੀ ਕੋਈ ਨਹੀਂ, ਉਹ ਕੁੜੀ ਨੂੰ ਫੋਨ ਕਰਦੇ ਜਿਹੜੀ ਕੈਨੇਡਾ ਵਾਲੀ ਬਣਾਈ ਆ ਆਪਾਂ। ਮੈਂ ਕਿਹਾ ਗੁਰੂ ਜੀ ਐਸਾ ਮੇਕਅਪ ਕਰਾਵਾਂਗਾ ਬਿਲਕੁਲ ਕੈਨੇਡਾ ਤੋਂ ਵਾਈ ਲੱਗੇਗੀ। ਹਾਂ, ਇਹ ਨਾ ਹੋਵੇ ਕਿਤੇ ਪਤਾ ਲੱਗ ਜਾਵੇ ਵੀ ਇੱਥੋਂ ਕਿਤੋਂ ਲੋਕ ਨੂੰ ਫੜ ਕੇ ਲਿਆਂਦੀ ਹੈ, ਲੱਗਣੀ ਚਾਹੀਦੀ ਕੈਨੇਡਾ ਤੋਂ ਆਈ। ਮੈਂ ਕਿਹਾ ਗੁਰੂ ਜੀ ਤੁਹਾਡਾ ਬੱਚਾ ਅੱਗੇ ਬੈਠੋ ਪੁੱਤਰ, ਕਿੱਥੇ ਗਏ ਬੱਚੇ ਸਾਰੇ? ਬੱਚੇ ਥੋੜੇ ਮੰਗਾਏ ਯਾਰ ਤੁਸੀਂ, ਇਧਰ ਪੁੱਤਰ ਇਧਰ ਆ। ਹੋ ਗਈ, ਚਲੋ ਜੀ ਨਿਕਲੋ ਨਿਕਲੋ ਨਿਕਲੋ, ਇੱਧਰ ਨਿਕਲ ਜਾਓ। ਲਹਿੰਗਾ ਕਿਉਂ ਨੀ ਲੈ ਕੇ? ਛੇਤੀ ਛੇਤੀ ਲੈਣਾ ਭੁੱਲ ਗਈ ਆ ਲਹਿੰਗਾ। ਮੈਂ ਇਤਨਾ ਵਸਾ ਕਿ ਤੂੰ ਸੂਟ ਸ਼ਰਟ ਪੂਰਾ ਲੈ ਕੇ ਆਉਂ, ਲਹਿੰਗੇ ਤੋਂ ਬਿਨਾਂ ਪਤਾ ਕਿੰਨੀ ਦਿੱਕਤ ਆ ਰਹੀ ਹੈ। ਹਾਂ ਯਾਰ, ਤੂੰ ਕਿਤੇ ਚਲਾ ਗਿਆ ਲਾੜਿਆ, ਇੱਧਰ ਆ। ਤੈਨੂੰ ਵੀ ਘੱਟ ਹੀ ਸ਼ੌਂਕ ਲੱਗਦਾ ਬਾਹਰ ਜਾਣ ਦਾ। ਆ ਜਾ, ਸਰ ਕਰਦਾ ਫੋਟੋ ਇਹਨਾਂ ਵੀ। ਹਾਂ ਵੀ ਬੈਠ ਕੇ ਇਹਨੂੰ ਗੱਲ ਕਰ ਲੈ। ਇਹ ਚ ਵੀ ਪੈਂਟ ਨੀ ਆਉਣੀ ਚਾਹੀਦੀ ਵਿੱਚ। ਚੱਲ, ਹਾਂ ਕਿਤ ਨੀ ਆ ਰਿਹਾ ਭਾਈ ਸਾਹਿਬ, ਬਰਫੀ ਫੌਜ ਨੇ ਮੈਡਮ ਨੂੰ। ਮੈਂ ਨੀ ਆਉਣਾ ਚਾਹੀਦਾ ਫੋਟੋ ਚ ਬਈ। ਭਾਈ ਸਾਹਿਬ ਧਿਆਨ ਨਾਲ ਕੀ ਕਰੀ ਜਾਂਦੇ ਹੋ, ਲਿਪਸਟਿਕ ਸਾਰੀ ਖਰਾਬ ਹੋ ਗਈ। ਭਾਈ ਸਾਹਿਬ ਨਹੀਂ ਦੀ ਯਾਰ, ਤੂੰ ਨਾਲ ਲੈ ਕੇ ਜਾਣੀ ਹੈ? ਜਾਲੀ ਵਿਆਹ ਹੋ ਰਿਹਾ ਬੇਟੇ, ਭਾਈ ਸਾਹਿਬ ਕਵੇ ਚਾਹੇ ਵੀਰ ਜੀ ਕਵੇ, ਕੋਈ ਗੱਲ ਨਹੀਂ। ਬਰਫੀ ਖੋ ਪੈਸੇ, ਤੇਰਾ ਮੂੰਹ ਠੀਕ ਕਰੋ ਸਟਾਈਲ। ਆ ਗੁੱਡ ਗੁੱਡ। ਮੈਡਮ ਤੁਸੀਂ ਖੋ ਬਰਫੀ ਉਹਨੂੰ, ਕਾਕਾ ਜੀ ਨੂੰ ਵੀ ਚੋ ਵੀ ਫੋਟੋ ਵੀ ਕੀ ਮੈਂ ਨਹੀਂ ਆਉਣਾ ਚਾਹੀਦਾ ਵਿੱਚ।
जिन्हे करी रखो बाकी हिसाब आप फिर कर लेंगे ठीक है दो ब्याह होर तुहानू अगले हफ्ते देने आपां ठीक है मोबाइल दूजे च फड़ो है फड़ो जिन्हें भी पैसे बस चुप करके घर जाके गिने जब पार्टी वालों पैसे आ जाएंगे बैलेंस घर पहुंच जाएगा नमस्ते जी मैडम थैंक यू बाय बाय एल्बम प्यार व्याह की फोटो आ भी गई है तुहाडी कुछ बैलेंस पेमेंट सी मैं कहना वो दे देंदे ते सारा काम क्लियर हो जांदा पेमेंट तुसी 55000 गई सी मैं विक्की बाबू नूं दे गया जी बिल्कुल तुहाडा 55000 आया सानू सी कितें मुकरदे आ पर देखो ना 55000 तो थोड़ा खर्चा उपर हो गया मूवी वाले दे पैसे जे देने आते पैसे उहदे बैलेंस और तीन मामियां दी मिलनियां कराईयां कुड़ी वाले पासे वो आपां ऐड नहीं सी कीते है ना ते इक ओह दादे दी मिलनी ਤੁਹਾਨੂੰ ਪਹਿਲਾਂ ਦੱਸਣਾ ਚਾਹੀਦਾ ਸੀ ਪਹਿਲਾਂ ਦੱਸਣਾ ਚਾਹੀਦਾ ਮਤਲਬ ਕੀ ਅਸੀਂ ਚੋਰ ਠੱਗ ਤੁਹਾਨੂੰ ਸਰਬਾਲਾ ਬਿਲਕੁਲ ਫ੍ਰੀ ਦਿੱਤਾ ਕੰਪਲੀਮੈਂਟਰੀ ਦਿੱਤਾ ਸਰਬਾਲਾ ਸਰਬਾਲੇ ਦਾ ਕੋਈ ਪੈਸਾ ਨਹੀਂ ਪਾਇਆ ਬਿਲਕੁਲ ਨਹੀਂ ਜੀ ਨਹੀਂ ਪਾਇਆ ਨਾ ਸੱਚੀ ਗੱਲ ਦੱਸਾਂ ਤੁਹਾਨੂੰ ਆਪੋ ਜੀ ਬੈਠਿਆਂ ਲੁਕਾ ਕਾਦਾ ਜਿਹੜੀ ਉਹ ਕੁੜੀ ਸੀ ਨਾ ਕੈਨੇਡਾ ਤੋਂ ਆਈ ਉਹਦਾ ਤਾਂ ਨਖਰਾ ਹੀ ਬਹੁਤ ਤੁਸੀਂ ਵਿਆਹ ਦੀ ਗੱਲ ਕਰ ਰਹੇ ਹੋ ਤੁਹਾਡੇ ਨਾਲ ਸਟਿਲ ਫੋਟੋ ਖਿਚਾਉਣ ਨੂੰ ਤਿਆਰ ਨਹੀਂ ਸੀ ਕਹਿੰਦੀ ਵਿਆਹ ਇਹਦੇ ਨਾਲ ਦਫਾ ਕਰੋ ਝੂਠਾ ਵਿਆਹ ਕਰਨ ਨੂੰ ਤਿਆਰ ਨਹੀਂ ਸੀ ਮੈਂ ਮਨਾਈ ਪੁੱਛੋ ਇਹਨਾਂ ਹਾਂ ਉਹ 16000 ਦੀ ਪੇਮੈਂਟ ਬੈਲੈਂਸ ਹੈ ਤੁਹਾਡੇ ਕੋਲ ਤੇ ਉਹ ਮੈਂ ਕਹਿੰਦਾ ਦੇ ਜਾਓ ਤੇ ਐਲਬਮ ਤੁਸੀਂ ਲੈ ਜਾਓ ਨਹੀਂ ਪਰ ਸਾਡਾ ਤਾਂ ਬਜਟ ਨਹੀਂ ਸੀ ਨਾ ਹਲੇ ਤੇ ਠੀਕ ਹੈ ਫਿਰ ਐਲਬਮ ਰੱਖ ਲੈਣੇ ਆ ਤੇ ਏਡੀ ਕਿਹੜੀ ਗੱਲ ਕੈਨਸਲ ਕਰਾ ਦੇਣਾ ਸਰ ਇਹਨੂੰ ਛੱਡੋ ਸਭ ਤੋਂ ਪਹਿਲਾਂ ਦੇਖੋ ਮਾਈਂਡ ਕਰਨ ਵਾਲੀ ਗੱਲ ਨਹੀਂ ਇਹ ਨਕਲੀ ਹੈ ਤੁਹਾਨੂੰ ਇੱਦਾਂ ਦੇ ਅਸਲੀ ਜਹਾਜ਼ 'ਚ ਭੇਜਾਂਗੇ ਜੀ ਅਗਰ ਕਹੋ ਤਾਂ ਮੈਂ ਇਹਨਾਂ ਦੇ ਘਰੇ ਪੇਮੈਂਟ ਲੈ ਆਵਾਂ ਸਵੇਰੇ ਮੇਰਾ ਘਰ ਇਹਨਾਂ ਦੇ ਘਰ ਦੇ ਕੋਲ ਹੀ ਪੈਂਦਾ ਮੈਂ ਆਂਦਾ ਹੋਇਆ ਲੈ ਲਿਆ ਵਾ ਤਾਂ ਇਹਨਾਂ ਦੀ ਕੋਠੀ ਵੀ ਉਧਰ ਹੀ ਹੈ ਇਹ ਸਵੇਰੇ ਤੁਹਾਡੇ ਕੋਲ ਫੜ ਲਿਆਂਗੇ ਪੇਮੈਂਟ ਠੀਕ ਹੈ ਇਹ ਤੁਸੀਂ ਐਲਬਮ ਲੈ ਜਾਓ ਯਾਦ ਨਾਲ ਤੇ ਸਵੇਰੇ ਪੇਮੈਂਟ ਇਹਨਾਂ ਹੱਥ ਭੇਜ ਦਿਓ ਯਾਦ ਨਾਲ ਸਵੇਰੇ ਆਵਾਂਗਾ ਅੱਛਾ ਵੇਖੋ ਜਾ ਕੇ ਐਲਬਮ ਚਲੀ ਵਿਖਾਓ ਕਰਦੇ ਇਹਨੂੰ ਐਲਬਮ ਕਾਰਡ ਦਿਓ ਜਰਾ ਹਾਂ ਕਾਰਡ ਦਿਓ ਇਹਨਾਂ ਨੂੰ ਵਿੱਕੀ ਬਾਬੂ ਜੀ ਲਓ ਜੀ ਤੁਸੀਂ ਬਾਹਰ ਭੇਜ ਦਿਓ ਨਾ ਪੱਕਾ ਨਹੀਂ ਬੰਦੇ ਅੰਦਰ ਕਰਾਣੇ ਆ ਇਹ ਜਿਹੜੀ ਟਰੈਵਲ ਏਜੰਸੀ ਹੈ ਦਾ ਮਤਲਬ ਇਹੀ ਹੁੰਦਾ ਬੰਦੇ ਬਾਹਰ ਭੇਜਣੇ ਇਹਦਾ ਕੋਈ ਖਰਚਾ ਵੀ ਆਵੇਗਾ ਜੀ ਬਾਹਰ ਜਾਣ ਦਾ ਦੇਖੋ ਜੀ ਫ੍ਰੀ ਤੇ ਅਸੀਂ ਸੇਵਾ ਕਰਨ ਵਾਸਤੇ ਬੈਠੇ ਨਹੀਂ ਬੱਚੇ ਅਸੀਂ ਵੀ ਪਾਲਣੇ ਆ ਨਹੀਂ ਠੀਕ ਨਹੀਂ ਕੁਝ ਕਿਨਾਂ ਕੋ ਦੋਵਾਂ ਨੇ ਜਾਣਾ ਤੁਸੀਂ ਰਾਊਂਡ ਅਬਾਊਟ ਕੋਈ ਜ਼ਿਆਦਾ ਤੇ ਨਹੀਂ 10 ਲੱਖ ਦਾ ਹੀ ਲਾ ਲਓ 10 ਲੱਖ ਇਹ ਕੋਈ ਤਾਂ ਥਾ ਹੋਇਓ ਆ ਥੋੜਾ ਬਹੁਤਾ ਤਾਂ ਠਾ ਹੋ ਜਾਏਗਾ ਪਰ ਜ਼ਿਆਦਾ ਤਾਂ ਠਾ ਕਰਨ ਨੂੰ ਨਾ ਕਿਉਂ ਦੇਖੋ ਐਵੇਂ ਬੰਦਾ ਤਾਂ ਠਾ ਹੋ ਕੇ ਗੱਲ ਤਾਂ ਠਾ ਹੋ ਜਾਂਦੀ ਹੈ ਇੱਕ ਤਾਂ ਬੰਦਾ ਤਾਂ ਠਾ ਹੋ ਜਾਏ ਮੈਂ ਅੰਦਰ ਹੋ ਜਾਏਗਾ ਬਾਹਰ ਭੇਜ ਦੇ ਫਿਰ ਫਾਇਦਾ ਕੀ ਹੈ ਮਾੜਾ ਮੋਟਾ ਤਾਂ ਠਾੜ ਦੀ ਸਕੋਪ ਇਹਦੇ ਚ ਹੁੰਦਾ ਪਰ ਬਹੁਤਾ ਤਾਂ ਠਾ ਨਹੀਂ ਜੀ ਹੋਣਾ ਮਿਲਦੇ ਆ ਹਾਂ ਮਿਲਦੇ ਆ ਬਿਲਕੁਲ ਬਿਲਕੁਲ ਮਿਲਦੇ ਆ ਧਿਆਨ ਨਾ ਜਾਇਓ ਬਸ ਪੱਕਾ ਮਿਲਦੇ ਜੀ ਟ੍ਰੈਫਿਕ ਬਹੁਤ ਗੰਦਾ ਧਿਆਨ ਨਾ ਜਾਇਓ ਪੱਕਾ ਮਿਲਦੇ ਥੈਂਕ ਯੂ ਹਾਂਜੀ ਥੈਂਕ ਯੂ ਗੁਰੂ ਜੀ ਮੈਨੂੰ ਲੱਗਦਾ ਇਹ ਮੁਰਗੀ ਵੀ ਫਸ ਗਈ ਇਹ ਸਵੇਰੇ ਜਦੋਂ ਮੁਰਗੀ ਆਉਂਦੀ ਹੈ ਨਾ ਉਹ ਲੋ ਪੁੱਤਰ 8-10 ਲੱਖ ਰੁਪਈਆ ਕੋਈ ਥੋੜਾ ਨਹੀਂ ਹੁੰਦਾ ਮੇਰੀ ਜ਼ਿੰਦਗੀ ਭਰ ਦੀ ਕਮਾਈ ਆ ਤੁਹਾਡੀ ਭੈਣ ਦਾ ਵਿਆਹ ਰੱਖਿਆ ਇਸੇ ਪੈਸੇ ਨਾਲ ਤਾਂ ਮੈਂ ਉਹ ਵਿਆਹ ਕਰਨਾ ਪਾਪਾ ਜੀ ਜੇ ਅਸੀਂ ਇੱਕ ਵਾਰੀ ਕੈਨੇਡਾ ਚਲੇ ਗਏ ਨਾ ਡਾਲਰਾਂ ਦੇ ਲਾ ਦਾਂਗੇ ਢੇਰ ਤੇ ਪੈਸਾ ਮੀਂਹ ਵਾਂਗ ਵਰਾ ਦਾਂਗੇ ਤੇ ਆਪਣੀ ਭੈਣ ਦਾ ਵਿਆਹ ਕਰਾਂਗੇ ਠਾਠ ਨਾਲ ਦੇਖੋ ਗੌਰ ਨਾਲ ਦੇਖੋ ਗੌਰ ਨਾਲ ਇਹ ਇੱਥੋਂ ਲੱਗਣਾ ਤੁਹਾਨੂੰ ਇਹ ਦੇਖੋ ਇਹ ਕਿੰਨੀਆਂ ਕੰਟਰੀਆਂ ਲੰਘ ਕੇ ਸਮੁੰਦਰ ਲੰਘ ਕੇ ਇਹ ਜਾ ਕੇ ਤੁਹਾਨੂੰ ਇੱਥੇ ਛੱਡ ਕੇ ਆਉਣਾ ਕਿੰਨੀ ਦੂਰ ਹੈ ਜਾ ਕੇ ਵੇਖੋ ਕਿੰਨਾ ਔਖਾ ਕੰਮ ਹੈ ਇਹ ਗੋਲੇ ਤੇ ਬੜਾ ਸੌਖਾ ਲੱਗ ਰਿਹਾ ਅਸਲ ਵਿੱਚ ਕੰਮ ਬਹੁਤ ਮੁਸ਼ਕਿਲ ਔਰ ਮੁਸ਼ਕਿਲ ਕੰਮ ਦੇ ਪੈਸੇ ਤਾਂ ਲੱਗਦੇ ਹੀ ਆ ਇਸ ਕਰਕੇ ਮੈਂ ਦਰਬਾਰ ਬਾਰ ਰਿਕੁਐਸਟ ਕਰ ਰਿਹਾ ਕਿ 10 ਲੱਖ ਤੋਂ ਥੱਲੇ ਗੱਲ ਨਹੀਂ ਬਣੇਗੀ 10 ਲੱਖ ਮੁਸ਼ਕਿਲ ਹੈ ਹੋਣਾ ਨਹੀਂ ਸਾਡੇ ਪਾਪਾ ਹੀ ਹੁਣ ਰਿਟਾਇਰ ਹੋਏ ਨੇ ਤੇ 7.5 ਲੱਖ ਉਹਨਾਂ ਨੂੰ ਮਿਲਿਆ 30-35 ਹਜ਼ਾਰ ਗਰੰਟੀ ਮਿਲੀ ਹੈ ਤੇ 30-35 ਹਜ਼ਾਰ ਸਾਡੇ ਮੰਮੀ ਨੇ ਇਕੱਠਾ ਕੀਤਾ ਸੀ ਚੋਰੀ ਚੋਰੀ ਉਹਨਾਂ ਜੇਬ ਕੱਢ ਕੇ ਪਾਪਾ ਜੀ ਤੇ 15-20 ਹਜ਼ਾਰ ਦੀ ਮੇਰੀ ਐਫਡੀ ਸੀਗੀ ਤੇ ਬਾਕੀ 500-700 ਰੁਪਏ ਬੱਚਿਆਂ ਦੀ ਬੁਗਨੀ ਚੋਂ ਮਿਲਿਆ ਕੁੱਲ ਮਿਲਾ ਕੇ ਅਸੀਂ 8 ਲੱਖ ਹੀ ਕਰ ਸਕਦੇ ਹਾਂ ਕਿਉਂਕਿ ਜੀ ਬਹੁਤ ਹੀ ਗੱਲ ਹੈ ਨਾ ਇਹਨਾਂ ਨੂੰ ਤੁਸੀਂ ਕੈਨੇਡਾ ਲਾ ਦਿਓ ਮੈਨੂੰ ਥੋੜਾ ਉਰਲੇ ਮੁਲਕ ਲਾ ਦਿਓ ਰਹੀ ਹੋ ਸਕਦਾ ਫਿਰ ਹੋਰ ਕੀ ਹੈ ਇਹ ਕੰਮ ਤੇ ਨਹੀਂ ਕਰਾਂਗੇ ਅਸੀਂ ਕਿਉਂਕਿ ਜਿਹੜੀ ਪ੍ਰੋਮਿਸ ਕਰੀਦਾ ਸੀ ਉਹ ਪ੍ਰੋਮਿਸ ਆਪਣਾ ਪੂਰਾ ਕਰੀਦਾ ਤੁਹਾਨੂੰ ਉੱਥੇ ਲਾ ਕੇ ਆਵਾਂਗੇ ਅਸੀਂ ਕੋਈ ਗੱਲ ਨਹੀਂ ਜਦੋਂ ਕੈਨੇਡਾ ਪਹੁੰਚ ਜਾਓਗੇ ਕੈਨੇਡਾ ਜਾ ਕੇ ਆਪਣੇ ਘਰ ਫੋਨ ਕਰ ਦਿਓਗੇ ਅਸੀਂ ਕੈਨੇਡਾ ਪਹੁੰਚ ਗਏ ਆ ਪੇਮੈਂਟ ਚੁੱਕ ਲਿਆਵਾਂਗੇ ਜਾ ਕੇ ਠੀਕ ਹੈ ਜੀ ਤੁਹਾਡੀ ਬੜੀ ਮਿਹਰਬਾਨੀ 8 ਲੱਖ ਸਾਡੀ ਡੀਲ ਫਾਈਨਲ ਹੋਈ ਤੇ ਪੈਸੇ ਵੀ ਤੁਹਾਨੂੰ ਪਹੁੰਚ ਜਾਗੇ ਸਾਨੂੰ ਜਲਦੀ ਪਹੁੰਚਾ ਦੋਗੇ ਜੀ ਜਲਦੀ ਨਾਲ ਤੁਸੀਂ ਫਿਕਰ ਨਾ ਕਰੋ ਕਿਉਂ ਅਸੀਂ ਕਰੀਦਾ ਕੰਮ ਝੱਟ ਮੰਗਣੀ ਤੇ ਪਟ ਗਿਆ ਆ ਬਈ ਸੰਤਾ ਜੀ ਬਹੁਤ ਬਹੁਤ ਮੁਬਾਰਕਾਂ ਕਰੀਏ ਜੀ ਆ ਤੁਹਾਡੇ ਵੀਜ਼ੇ ਲੱਗ ਗਏ ਕੈਨੇਡਾ ਤੇ ਅੱਛਾ ਜੀ ਵੈਰੀ ਗੁੱਡ ਕਰੋ ਤਿਆਰੀਆਂ ਬਸ ਦੋਵੇਂ ਭਰਾ ਜਾਣ ਦੀਆਂ ਠੀਕ ਹੈ ਜੀ ਆਏ ਤਾਂ ਕੱਲ 10 ਵਜੇ ਪਹੁੰਚਣਾ 에ਅਰਪੋਰਟ ਤੁਸੀਂ ਦਿੱਲੀ ਦਿੱਲੀ 에ਅਰਪੋਰਟ
ਫਲਾਈਟ ਹੈ ਕੱਲ ਰਾਤੀ ਤੁਹਾਡੀ। ਵੈਰੀ ਗੁੱਡ। ਵਿੱਕੀ ਬਾਊ ਸਪੈਸ਼ਲੀ ਤੁਹਾਡੇ ਨਾਲ ਜਾ ਰਿਹਾ, ਤੁਹਾਡੇ ਨਾਲ ਭੇਜਦੇ ਵਿੱਕੀ ਬਾਊ ਨੂੰ। ਠੀਕ ਹੈ ਜੀ, ਵੈਰੀ ਗੁੱਡ। ਚਲੋ ਠੀਕ ਹੈ, ਪੇਮੈਂਟ ਦਾ ਕਹਿ ਦਿਓ ਬਸ ਪਾਪੇ ਨੂੰ ਤਿਆਰੀ ਰੱਖਣ। ਓਕੇ, ਮੁਬਾਰਕਾਂ ਜੀ, ਬਾਏ ਬਾਏ। ਆਪਣੇ ਵੀਜ਼ਾ ਲੱਗ ਗਿਆ ਕੈਨੇਡਾ। ਫਿਕਰ ਨਾ ਕਰੋ, ਕੋਈ ਬਲਾਈ ਤੁਹਾਡੀ ਫਲਾਈਟ ਤੇ ਤੁਸੀਂ ਕੈਨੇਡਾ। ਵਿੱਕੀ ਬਾਊ, ਪਹਿਲੀ ਵਾਰੀ ਏਅਰਪੋਰਟ ਦੇਖਿਆ, ਪਹਿਲੀ ਵਾਰੀ ਆਪਾਂ ਕੈਨੇਡਾ ਪਹੁੰਚਣਾ। ਤੁਹਾਡੀ ਬਹੁਤ ਬਹੁਤ ਮਿਹਰਬਾਨੀ, ਜ਼ਿੰਦਗੀ 'ਚ ਕਦੇ ਅਹਿਸਾਸ ਨਹੀਂ ਭੁੱਲ ਸਕਦਾ ਮੈਂ ਤੁਹਾਡਾ। ਹਾਂ ਬੀਬੀ ਕੀ ਬਾਊ, ਸਭ ਠੀਕ ਹੈ? ਬਹੁਤ ਵਧੀਆ। ਤੇ ਸਾਰਾ ਪਾਸਪੋਰਟ ਵਗੈਰਾ ਸਾਹਮਣੇ ਆਪਣੇ ਤੋਂ ਸਾਰੇ ਤੇ ਬੋਰਡਿੰਗ ਪਾਸ ਕਟਾ ਲਏ ਸਾਰਿਆਂ ਦੇ? ਨਾਲੇ ਦੈਟਸ ਗ੍ਰੇਟ। ਅੱਛਾ, ਤੁਹਾਡੇ ਨਾਲ ਜਾ ਰਿਹਾ ਵਿੱਕੀ ਬਾਊ ਜੀ, ਸਪੈਸ਼ਲੀ ਇਸ ਕਰਕੇ ਭੇਜ ਰਿਹਾ ਕੈਨੇਡਾ ਇਹਨਾਂ ਨੂੰ ਕਿ ਤੁਹਾਨੂੰ ਰਸਤੇ 'ਚ ਦਿੱਕਤ ਨਾ ਆਵੇ ਕੋਈ। ਕਮਾਲ ਹੈ ਜੀ, ਠੀਕ ਹੈ। ਤੁਸੀਂ ਜਿੱਦਾਂ ਹੀ ਕੈਨੇਡਾ ਪਹੁੰਚੋਗੇ ਉੱਥੇ ਤੁਹਾਨੂੰ ਮੇਰਾ ਦੋਸਤ ਮਿਲੇਗਾ, ਬੋਬ ਅਰਨੈਂਡੋ। ਗੋਰਾ ਗੋਰਾ ਅੰਗਰੇਜ਼। ਅੰਗਰੇਜ਼ ਉਹ ਤੁਹਾਨੂੰ ਫੋਨ ਦੇਗਾ, ਉਹਦੇ ਫੋਨ ਤੋਂ ਬਾਅਦ ਤੁਸੀਂ ਆਪਣੇ ਘਰ ਫੋਨ ਕਰ ਦਿਓ ਵੀ ਅਸੀਂ ਕੈਨੇਡਾ ਪਹੁੰਚ ਗਏ ਹਾਂ ਤੇ ਘੁੱਗੀ ਜੀ ਨੂੰ ਪੇਮੈਂਟ ਕਰ ਦਿਓ। ਘਬਰਾਓ ਨਾ, ਅਸੀਂ ਸਭ ਤੋਂ ਪਹਿਲਾਂ ਕੈਨੇਡਾ ਜਾ ਕੇ ਨਾ ਪਾਪਾ ਜੀ ਨੂੰ ਫੋਨ ਕਰਨਾ ਕਿ ਘੁੱਗੀ ਜੀ ਨੂੰ ਸਾਰੀ ਪੇਮੈਂਟ ਦੇ ਦਿਓ ਤੇ ਜਹਾਜ਼ ਨੂੰ ਕੋਈ ਸ਼ਰਾਰਤ ਨਾ ਕਰਿਓ, ਕੰਪਲੇਂਟ ਹੋ ਜਾਂਦੀ ਕਈ ਵਾਰੀ। ਠੀਕ ਹੈ, ਘੁੱਗੀ ਜੀ ਅਰਦਾਸ ਕਰਿਓ ਜਹਾਜ਼ ਕੈਨੇਡਾ ਠੀਕ ਠਾਕ ਪਹੁੰਚ ਜਾਵੇ। ਬਿਲਕੁਲ ਠੀਕ ਠਾਕ ਪਹੁੰਚੇਗਾ, ਆਪਣਾ ਬੰਦਾ ਨਾਲ ਭੇਜ ਰਹੇ ਆ। ਓਕੇ ਜੀ, ਆਲ ਦਾ ਬੈਸਟ, ਸੇਫ ਜਰਨੀ ਹੈ, ਧਿਆਨ ਨਾਲ ਜਾਇਓ। ਸਰ ਫਿਰ ਮੈਂ ਅਗਲੀ ਫਲਾਈਟ ਫੜ ਕੇ ਵਾਪਸ ਆ, ਤੁਸੀਂ ਉਸੇ ਵੇਲੇ ਵਾਪਸ ਆ ਜਾਓ, ਕੰਮ ਬਹੁਤ ਹੈ ਇੱਥੇ। ਹੈ ਠੀਕ ਹੈ, ਕੈਨੇਡਾ ਟਿਕ ਨਾ ਜਾਇਓ ਕਿਤੇ। ਆਲ ਦਾ ਬੈਸਟ, ਓਕੇ ਮੈਂ ਟਾਟਾ ਕਰਦਾ, ਤੁਸੀਂ ਜਾਓ। ਓਕੇ ਸਰ, ਟਾਟਾ ਕਰਦਾ। ਬਾਏ ਕਰੋ, ਬਾਏ ਕਰੋ, ਬਾਏ ਜੀ, ਬਾਏ ਟਾਟਾ। ਆਲ ਦਾ ਬੈਸਟ। ਦਰਅਸਲ ਗੱਲ ਇਹ ਵੀ ਜਿਹੜਾ ਇਹਨਾਂ ਦਾ ਮੇਨ ਏਅਰਪੋਰਟ ਆ ਨਾ ਕੈਨੇਡਾ ਦਾ, ਉੱਥੇ ਕੰਮ ਚੱਲ ਰਿਹਾ, ਉੱਥੇ ਮਿਸਤਰੀ ਲੱਗੇ ਨੇ ਮਿਸਤਰੀ, ਇਸ ਕਰਕੇ ਆ ਤਾਂ ਇਹਨਾਂ ਨੇ ਖੜੇ ਪੈਰ ਆ ਛੋਟਾ ਜਿਹਾ ਏਅਰਪੋਰਟ ਤੁਹਾਡੇ ਲਈ ਤਿਆਰ ਕੀਤਾ, ਵੀ ਤੁਹਾਡੇ ਵਰਗੇ ਲੋਕਾਂ ਨੂੰ ਆਣ ਜਾਣ 'ਚ ਕੋਈ ਖੇਚਲ ਨਾ ਹੋਵੇ। ਦੇਖੋ ਕਿੰਨੇ ਮਿਹਨਤੀ ਨੇ ਕੈਨੇਡਾ ਵਾਲੇ, ਮੈਂ ਆਪਣੇ ਮੁੰਡੇ ਕਿਉਂ ਨੀ ਪਹੁੰਚੇ ਅਜੇ ਤੱਕ? ਉਹੀ ਗੱਲ ਮੈਂ ਸੋਚੀ ਜਾਂਦਾ, ਫਲਾਈਟ ਕੈਨੇਡਾ ਪਹੁੰਚ ਤਾਂ ਜਾਂਦੀ ਹੈ, ਇਸ ਵੇਲੇ ਪਹੁੰਚ ਜਾਂਦੀ ਕੈਨੇਡਾ ਫਲਾਈਟ। ਟੈਲੀਫੋਨ ਬਹੁਤ ਚੰਗਾ ਬੰਦਾ। ਚਿੰਤਾ ਨੀ, ਗੱਲ ਕੋਈ ਨੀ, ਸਭ ਠੀਕ ਹੋ ਜਾਏਗਾ। ਅਸੀਂ ਤਾਂ ਬਹੁਤ ਲੇਟ ਪਹੁੰਚਿਆ ਸੀ, ਇਹਨੂੰ ਮੈਂ ਕੈਨੇਡਾ ਭੇਜਿਆ ਸੀ। ਮੁੰਡਾ ਵੇਖੋ ਬਦਲ ਗਿਆ, ਇੱਥੇ ਹੋਰ ਹੀ ਤਰ੍ਹਾਂ ਦਾ ਹੁੰਦਾ ਸੀ, ਕਿੰਨਾ ਸਮਾਰਟ ਹੋ ਗਿਆ, ਆ ਗਿਆ ਉੱਥੋਂ। ਬਹੁਤ ਮਾਰ ਕਰਦਾ, ਆਹ ਵੇਖੋ ਆਇਆ ਸਪੈਸ਼ਲੀ ਮੇਰੇ ਸਿਰੇ ਇੱਥੋਂ ਕੜਾ ਲੈ ਕੇ ਆਇਆ ਸੋਨੇ ਦਾ, ਮੇਰੇ ਥਰੂ ਗਿਆ ਸੀ ਕਹਿੰਦਾ ਤੁਹਾਨੂੰ ਪਾਉਣਾ ਹੀ ਪਾਉਣਾ। ਮੈਂ ਕਿਹਾ ਰਹਿਣ ਦੇ, ਪਰ ਨਹੀਂ ਮੰਨਦਾ ਮੁੰਡਾ। ਮੈਨੂੰ ਬਾਹਰੋਂ ਆਇਆ ਮੁੰਡੇ, ਵੇਖੋ ਚਿੰਗਮ ਵੀ ਖਾਈ ਜਾਂਦਾ ਮੈਂ ਬੱਬਲ ਗਮ। ਤੁਹਾਡੇ ਘਰ ਦਾ ਨੰਬਰ ਮਿਲਾਤਾ, ਗੱਲ ਕਰੋ। ਹੈਲੋ, ਹੈਲੋ ਪਾਪਾ ਜੀ। ਓ ਬੱਲੇ ਬੱਲੇ। ਪਾਪਾ ਜੀ ਮੈਂ ਬੋਲ ਰਿਹਾ ਸੰਤਾ, ਬੰਦਾ ਵੀ ਨਾਲ ਪਹੁੰਚ ਗਿਆ ਕੈਨੇਡਾ। ਪਹੁੰਚ ਗਿਆ ਕੈਨੇਡਾ, ਸ਼ੁਕਰ ਆ, ਸ਼ੁਕਰ ਆ, ਸ਼ੁਕਰ ਆ ਵਾਹਿਗੁਰੂ ਦਾ। ਗੋਰਾ ਲੈਣਾ ਆ, ਗੋਰਾ ਗੋਰਾ ਲੈਣਾ ਆ, ਕਹਿੰਦੇ ਗੋਰਾ ਲੈਣਾ ਆ, ਬਾਬਰ ਨੈਟ ਆਇਆ। ਹੈਲੋ ਘੁੱਗੀ ਜੀ ਬੈਠੇ ਨੇ, ਦੇ ਦੋ ਦੇ ਦੋ, ਸਾਰੀ ਪੇਮੈਂਟ ਦੇ ਦੋ, ਫੁੱਲ ਪੇਮੈਂਟ ਦੇ ਦੋ, ਆਪਾਂ ਕੈਨੇਡਾ ਪਹੁੰਚ ਗਏ ਆ ਪਾਪਾ ਜੀ, ਠੀਕ ਠਾਕ ਪਹੁੰਚ ਗਏ ਆ। ਕੋਈ ਗੱਲ ਨੀ, ਪੇਮੈਂਟ ਬਿਲਕੁਲ ਤਿਆਰ ਪਈ ਆ, ਚਿੰਤਾ ਨੀ ਕਰਦੀ ਕੋਈ, ਆ ਹੁਣੇ ਦੇ ਦਿੰਦੇ ਆ। ਹਾਂ, ਹੋਰ ਸੁਣਾ ਕੈਨੇਡਾ ਕਿੱਦਾਂ ਦਾ ਲੱਗਾ ਪੁੱਤਰ? ਪੰਜਾਬ ਵਰਗਾ ਹੀ ਆ,
ਬਸ ਕਰੋ ਐਸਟੀਡੀ ਪੈ ਰਹੀ ਹੈ ਓਕੇ ਬਾਏ ਏ ਬਹੁਤ ਮੁਬਾਰਕਾਂ ਜੀ ਆਪ ਚਾਹੀ ਪਹੁੰਚ ਕੇ ਮੁੰਡਾ ਤੁਹਾਡਾ ਸ਼ੁਕਰ ਹੈ ਜੀ ਸਾਬਾ ਸ਼ੁਕਰ ਹੈ ਜੀ ਮਾਲਕ ਮਿਹਰਬਾਨੀ ਹੈ ਆ ਲਓ ਜੀ ਆਪਣੀ ਪੇਮੈਂਟ 8 ਲੱਖ ਗਿਣ ਲਓ ਬਸ ਤੁਸੀਂ ਗਿਣੇ ਹੀ ਹੈ ਜੀ ਜਿੱਥੇ ਤੁਹਾਡੇ ਤੇ ਇੰਨਾ ਵਿਸ਼ਵਾਸ ਕੀਤਾ ਹੁਣ ਬੇਵਿਸ਼ਵਾਸੀ ਹੈ ਕੋਈ ਘੱਟ ਵੱਧ ਹੋਏ ਤੁਹਾਨੂੰ ਕਹਿ ਦੇਵਾਂਗੇ 8 ਪੈਸੇ ਪੂਰਾ ਨਾ ਗਿਣਨੇ ਸੀ ਨਾ ਤੁਸੀਂ ਬਿਲਕੁਲ ਜੀ ਮੈਂ ਕਿਹਾ ਗਿਣੋ ਤੁਸੀਂ ਹੈ ਨਾ ਗਿਣਨ ਵਾਲੀ ਗੱਲ ਕੋਈ ਨਹੀਂ ਉਹ ਤਾਂ 8 ਪੂਰਾ ਹੈ ਨਾ ਬਿਲਕੁਲ ਆ ਲਓ ਉਹਨਾਂ ਦਾ ਕਾਰਡ ਰੱਖੋ ਦਰਸਲੇ ਕਹਿ ਰਹੇ ਨੇ ਵੀ ਇਹਨਾਂ ਦੇ ਹੋਰ ਵੀ ਗੈਸਟ ਕਾਫੀ ਰਿਸੀਵ ਕਰਨੇ ਤੁਸੀਂ ਤਾਂ ਕਰੋ ਵੀ ਇਹਨਾਂ ਦਾ ਕਾਰਡ ਰੱਖ ਲਓ ਤੇ ਇੱਥੇ ਚੱਲ ਜਾਓ ਬਾਜ਼ਾਰ ਦੇ ਕੋਈ ਛੋਟਾ ਮੋਟਾ ਹੋਟਲ ਦੇਖ ਲਓ ਤੇ ਕੱਲ ਨੂੰ ਬੌਬ ਜੀ ਆਣਗੇ ਤੇ ਤੁਹਾਨੂੰ ਇੱਥੇ ਕੋਈ ਵਧੀਆ ਜਿਹਾ ਹੋਟਲ ਲੈ ਦੇਣਗੇ ਘਰ ਲੈ ਦੇਣਗੇ ਰਹਿਣ ਲਈ ਤੇ ਤੁਹਾਨੂੰ ਪੱਕੇ ਕਰਾ ਦੇਣਗੇ ਇੱਥੇ ਚੰਗਾ ਜੀ ਬਹੁਤ ਮਿਹਰਬਾਨੀ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਓਕੇ ਅੱਛਾ ਜੀ ਅੱਛਾ ਸਾਨੂੰ ਬੋਲੀ ਵੀ ਨਹੀਂ ਆਉਂਦੀ ਉੱਥੇ ਹੋ ਨੋ ਪ੍ਰੋਬਲਮ ਕੱਲ ਬਹੁਤ ਬਹੁਤ ਵਿਸ਼ਵਾਸ ਚਲੋ ਬਹੁਤ ਆਏਗਾ ਠੀਕ ਹੈ ਬਹੁਤ ਹੀ ਹਾਲ ਚੱਲਿਆ ਆਓਗੇ ਨਾ ਸਾਰੇ ਓਕੇ ਬਾਏ ਯੂ ਕਾਲ ਫਾਕਾ ਗੱਲ ਸੁਣੋ ਓਏ ਮੈਂ ਮੂੰਹ ਨਾ ਛੇੜੀਓ ਤੱਤੀ ਬੜੀ ਇੱਥੇ ਧਿਆਨ ਰਹੀਓ ਧਿਆਨ ਨਾਲ ਠੀਕ ਹੈ ਗੱਲ ਪੱਕਾ ਬਾਏ ਬਾਏ ਸਾਡੇ ਪਾਪਾ ਜੀ ਨੂੰ ਸੁਝਾਅ ਦੇ ਦੇਈ ਕਿ ਉਹਨਾਂ ਦੇ ਮੁੰਡੇ ਸੰਤਾ ਬੰਦਾ ਠੀਕ ਠਾਕ ਪਹੁੰਚ ਗਏ ਠੀਕ ਹੈ ਜੀ ਠੀਕ ਹੈ ਠੀਕ ਠਾਕ ਪਹੁੰਚ ਗਏ ਬਾ ਕਹਿ ਦੇਣਾ ਪੱਕਾ ਓਕੇ ਬਾਏ ਠੀਕ ਠਾਕ ਪਹੁੰਚ ਗਏ ਕਦੋਂ ਦੇ ਆਪਾਂ ਘੁੰਮਣ ਡੇ ਆ ਮੈਨੂੰ ਪਤਾ ਨਹੀਂ ਕਿਉਂ ਲੱਗਣ ਦਾ ਜਿੱਦਾਂ ਪੰਜਾਬ ਹੈਗਾ ਉਹ ਤਾਂ ਪੰਜਾਬ ਵਰਗਾ ਹੀ ਆ ਸਾਰਾ ਤੇ ਤਾਂ ਪੰਜਾਬੀ ਆ ਕੇ ਰਹਿਣ ਲੱਗ ਪਏ ਨੇ ਤੇ ਫਿਰ ਪੰਜਾਬ ਵਰਗਾ ਹੀ ਹੋਏਗਾ ਕੈਨੇਡਾ ਨਹੀਂ ਮੈਨੂੰ ਤਾਂ ਪਤਾ ਨਹੀਂ ਵਿਆਹ ਜਾਓ ਆ ਦੇਖ ਰੇੜੀ ਰੇੜੀ ਵੀ ਲੱਗੀ ਹੋਈ ਆ ਦੇਖ ਲੈ ਮੈਨੂੰ ਇਹ ਵੀ ਪੰਜਾਬ ਵਰਗੀ ਲੱਗਣ ਡਈ ਆ ਰੇੜੀ ਨਹੀਂ ਤਾਂ ਰੇੜੀ ਪੰਜਾਬ ਵਰਗੀ ਹੋਏਗੀ ਜਾਂ ਇਹਨੇ ਦੁਨੀਆ ਪੰਜਾਬ ਤੋਂ ਆ ਸਕਦੀ ਤੇ ਰੇੜੀ ਪੰਜਾਬ ਤੋਂ ਹੀ ਆ ਸਕਦੀਆਂ ਨਹੀਂ ਆ ਦੇਖ ਰੇੜੀ ਵਾਲਾ ਵੀ ਪੰਜਾਬੀ ਵਰਗਾ ਲੱਗਣ ਡਿਆ ਚੱਲ ਜਾ ਜਿੱਦਾਂ ਲੱਗਦਾ ਕੇਲੇ ਖਾਈਏ ਮੈਨੂੰ ਭੁੱਖ ਬੜੀ ਲੱਗੀ ਆ ਕੇਲੇ ਪਰ ਪੁੱਛਾਂ ਕਿੱਦਾਂ ਤੁਹਾਨੂੰ ਬੋਲੀ ਨਹੀਂ ਆਉਂਦੀ ਪੁੱਛ ਲੈਂਦੇ ਆ ਮੈਨੂੰ ਮੈਂ 10ਵੀਂ ਪਾਸ ਆ ਹੈਲੋ ਹੈਲੋ ਹਾਂ ਹਾਂ ਮੱਚ ਇੱਕ ਦਰਜਨ ਖੇਲੇ ਰੱਖੀ ਪਾ ਬਨਾਨਾ ਬਨਾਨਾ ਸੰਤਰਾ ਸੰਤਰਾ ਵਟ ਰੇਟ 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 ਔਰ ਰੇਟ ਇਹ ਬਨਾਨਾ ਦਾ ਕੀ ਭਾਅ ਹੈ ਔਰ ਵਟ ਕੀ ਕੀ ਇਹ ਕੀ ਭਾਅ ਕੀ ਭਾਅ ਇਹ ਇਹ ਬਨਾਨਾ ਬਨਾਨਾ ਹਾਊ ਮੱਚ ਯੂ ਨੋ ਨਾਟ ਯੂ ਡੋਨਟ ਨੋ ਇੰਗਲਿਸ਼ ਦਰਜਨ 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 ਹੰਗਰੀ ਹੰਗਰੀ ਆਈ ਹਾਊ ਮੱਚ ਦਰਜਨ ਕਿੰਨੇ ਦੇ ਆ ਉਹ ਸਿੱਧੇ ਕਹੋ ਨਾ ਕੇਲੇ ਲੈਣੇ ਆ ਸਾਡੇ ਇੰਡੀਆ 'ਚ ਵੀ ਇਹਨੂੰ ਕੇਲੇ ਕਹਿੰਦੇ ਇੱਥੇ ਵੀ ਕੇਲੇ ਕਹਿੰਦੇ ਆ ਇੰਡੀਆ 'ਚ ਇੱਥੇ ਤੁਸੀਂ ਕਿਹੜਾ ਅਮਰੀਕਾ 'ਚ ਘੁੰਮਦੇ ਪਏ ਹੋ ਨਹੀਂ ਅਮਰੀਕਾ 'ਚ ਤਾਂ ਸਾਨੂੰ ਪਤਾ ਨਹੀਂ ਖੜਿਆ ਆਪਾਂ ਕੈਨੇਡਾ 'ਚ ਖੜੇ ਆ ਹਾਂ ਜੀ ਇਹ ਅੰਮ੍ਰਿਤਸਰ ਹੈ ਯਾਰ ਕੈਨੇਡਾ ਹੈ ਅਸੀਂ ਕੈਨੇਡਾ ਆਏ ਆ ਇਹ ਤਾਂ ਰਾਜਾਸਾਂਸੀ 에ਅਰਪੋਰਟ ਹੈ ਅੰਮ੍ਰਿਤਸਰ ਦਾ ਅਸੀਂ ਹੁਣੇ ਤਾਂ ਕੈਨੇਡਾ ਦੇ 에ਅਰਪੋਰਟ ਤੇ ਉਤਰੇ ਆ ਕਿਹੜੇ ਬੇਵਕੂਫ ਨੇ ਤੁਹਾਨੂੰ ਕਿਹਾ ਇਹ ਕੈਨੇਡਾ ਦਾ 에ਅਰਪੋਰਟ ਹੈ ਪੱਕੀ ਗੱਲ ਕੈਨੇਡਾ ਨਹੀਂ ਹੈਗਾ ਅੰਮ੍ਰਿਤਸਰ ਹੈ ਫੌਜੀ ਸਾਹਿਬ ਤੁਹਾਡੇ ਮੁੰਡੇ ਮੈਨੂੰ 에ਅਰਪੋਰਟ ਮਿਲੇ ਸੀ ਤੇ ਉਹ ਠੀਕ ਠਾਕ ਪਹੁੰਚ ਗਏ ਆ ਠੀਕ ਹੈ ਜੀ ਸੱਤ ਉਹ ਕੱਲ ਕੀਤੀ ਆ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋਂ ਗਏ ਲਿੱਦ ਸੁੱਟਣੀ ਪਈ ਪਰ ਪਾਪਾ ਜੀ ਸਾਨੂੰ ਪਤਾ ਨਹੀਂ ਸੀ ਬਸ ਬਸ ਤੁਹਾਨੂੰ ਕੁਝ ਪਤਾ ਹੀ ਜਾਂ ਨਹੀਂ ਪਰ ਮੈਨੂੰ ਪਤਾ ਹੈ ਮੈਥੋਂ ਕੁੜੀ ਦਾ ਵਿਆਹ ਨਹੀਂ ਹੋਣਾ ਮੈਂ ਤਾਂ ਮੁੰਡੇ ਵਾਲਿਆਂ ਨੂੰ ਜਵਾਬ ਦੇ ਦੇਣਾ ਬਸ ਹੋਸ਼ ਵਿੱਚ ਆਉਣ ਤੋਂ ਬਾਅਦ ਲੜਕੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਦਾ ਕਾਰਨ ਇਹ ਦੱਸਿਆ ਕਿ ਉਹਦੇ ਭਰਾਵਾਂ ਸੰਤਾ ਬੰਤਾ ਤੋਂ ਇੱਕ ਏਜੰਟ ਨੇ ਉਹਨਾਂ ਨੂੰ ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ ਉਹ ਪੈਸੇ ਠੱਗ ਲਏ ਸਨ ਜਿਹਦੇ ਨਾਲ ਆਉਂਦੇ ਦਿਨਾਂ ਵਿੱਚ ਇਸ ਲੜਕੀ ਦੀ ਸ਼ਾਦੀ ਹੋਣੀ ਸੀ ਯਾਦ ਆਇਆ ਕੁਛ
ਵਿੱਕੀ ਬਾਬੂ ਇਹ ਉਹੀ ਸੰਤਾ ਬੰਤਾ ਨੇ ਜਿਹਨਾਂ ਕੋਲ ਅਸੀਂ ਆ ਕੈਨੇਡਾ ਲਿਜਾਣ ਦੇ ਚੱਕਰ 'ਚ ਪੈਸੇ ਠੱਕੇ। ਗੰਦੇ ਕੰਮ ਜ਼ਿੰਦਗੀ 'ਚ ਬਹੁਤ ਕੀਤੇ ਪਰ ਪਹਿਲੀ ਵਾਰੀ ਜ਼ਿੰਦਗੀ 'ਚ ਅਫਸੋਸ ਹੋਇਆ ਕਿ ਇੰਨਾ ਘਿਨੌਣਾ ਕੰਮ ਸਾਡੇ ਕੋਲ ਹੋਇਆ। ਬਾਈ ਗੋਡ ਯਾਰ, ਮੈਂ ਇਹਨਾਂ ਦੀ ਮਦਦ ਕਰਨਾ ਚਾਹੁੰਦਾ। ਪਰ ਗੁਰੂ ਜੀ, ਆਪਾਂ ਮਦਦ ਕਰਾਂਗੇ ਕਿੱਦਾਂ? ਫੋਨ ਲਾ ਦਿਓ ਇਹਨਾਂ ਨੂੰ, ਨੰਬਰ ਪਤਾ? ਇੱਕ ਮਿੰਟ ਫੋਨ ਲਾ ਫਟਾਫਟ। ਜੇ ਸਾਡੀ ਭੈਣ ਨੂੰ ਕੁਝ ਹੋ ਜਾਂਦਾ ਫਿਰ? ਘੁੱਗੀ ਨੇ ਕੀਤੀ ਬਹੁਤ ਮਾੜੀ ਯਾਰ, ਪਾਪਾ ਜੀ ਦਾ ਵੀ ਬਹੁਤ ਦਿਲ ਦੁਖਿਆ। ਹੈਲੋ, ਹਾਂਜੀ ਬੰਤਾ ਬੋਲ ਰਿਹਾ। ਬੰਤਾ ਜੀ, ਮੈਂ ਦਰਅਸਲ ਘੁੱਗੀ ਬੋਲ ਰਿਹਾ ਜੀ। ਕੌਣ? ਘੁੱਗੀ? ਘੁੱਗੀ ਠੰਗ? ਘੁੱਗੀ ਯਾਰ, ਤੂੰ ਸਾਡੇ ਨਾਲ ਬਹੁਤ ਮਾੜੀ ਕੀਤੀ ਹੈ, ਹੁਣ ਕਿੰਨੇ ਵੀ ਠੱਗੀ ਮਾਰਨ ਦੀ ਤਿਆਰੀ ਕਰ ਰਿਹਾ? ਨਹੀਂ ਦੇਖੋ, ਦਰਅਸਲ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਮੇਰਾ ਕੋਈ ਇਦਾਂ ਦਾ ਇਰਾਦਾ ਨਹੀਂ, ਮੈਂ ਤੁਹਾਨੂੰ ਦੁਬਾਰਾ ਕੋਈ ਲੁੱਟਣਾ ਨਹੀਂ ਚਾਹੁੰਦਾ, ਠੱਗਣਾ ਨਹੀਂ ਚਾਹੁੰਦਾ। ਦਰਅਸਲ ਮੈਂ ਅਖਬਾਰ 'ਚ ਖਬਰ ਪੜ੍ਹੀ ਹੈ ਤੁਹਾਡੀ ਸਿਸਟਰ ਬਾਰੇ, ਉਹਨਾਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਕਰਕੇ ਮੈਨੂੰ ਬਹੁਤ ਅਫਸੋਸ ਹੋਇਆ ਜੀ ਉਹਦਾ, ਤੇ ਮੈਂ ਤੁਹਾਡੀ ਮਦਦ ਕਰਨੀ ਚਾਹੁੰਦਾ। ਮਦਦ? ਤੂੰ ਕਿਹੜੀ ਮਦਦ ਕਰੇਗਾ ਯਾਰ ਸਾਡੀ? ਯਾਰ ਸਾਨੂੰ ਕੋਈ ਮਦਦ ਨਹੀਂ ਚਾਹੀਦੀ ਤੇਰੀ। ਪਲੀਜ਼ ਇੱਕ ਵਾਰੀ ਮੈਨੂੰ ਮਿਲੋ, ਟਰਾਈ ਟੂ ਅੰਡਰਸਟੈਂਡ ਮੀ। ਮੈਂ ਦੇਖੋ ਇਸ ਵੇਲੇ ਮੇਰਾ ਦਿਲ ਬਿਲਕੁਲ ਪਸੀਜਿਆ ਹੋਇਆ, ਇਸ ਵੇਲੇ ਮੈਂ ਚਾਹੁੰਦਾ ਤੁਹਾਡੀ ਮਦਦ ਕਰਨੀ, ਮੇਰੀ ਮਦਦ ਲੈ ਲਓ ਪਲੀਜ਼। ਯਾਰ ਤੇਰੇ ਤੇ ਵਿਸ਼ਵਾਸ ਤੇ ਨਹੀਂ ਕਰਨ ਦਾ ਦਿਲ ਕਰਦਾ, ਪਰ ਚਲੋ ਇੱਕ ਵਾਰੀ ਵਿਸ਼ਵਾਸ ਕਰਕੇ ਦੇਖ ਲੈਂਦੇ। ਫਾਰ ਵੀ ਆਈ ਸੀਗਾ, ਟੈਂਕੀ ਵੀ ਆਈ ਸੀ। ਹਾਂ, ਮੈਨੂੰ ਪੱਕਾ ਪਤਾ, ਪਰ ਨਜ਼ਰ ਆਉਂਦਾ ਨਹੀਂ ਪਿਆ। ਗੱਲ ਤਾਂ ਤੇਰੇ ਨਾਲ ਹੋਈ ਸੀ ਨਾ ਫੋਨ ਤੇ, ਕਿਤੇ ਉਹਨੇ ਸਾਨੂੰ ਟੈਂਕੀ ਦੇ ਉੱਤੇ ਟਾਈਮ ਤਾਂ ਨਹੀਂ ਦਿੱਤਾ? ਉਹ ਹੈਗਾ ਫਰੋਡੀ ਆ, ਪੁਲਿਸ ਉਹਦੇ ਮਗਰ ਹੁੰਦੀ ਹੈ, ਉਹ ਟੈਂਕੀ ਦੇ ਉੱਤੇ ਬੈਠ ਕੇ ਸਾਡੀ ਉਡੀਕ ਕਰਦਾ ਹੋਣਾ ਜੀ। ਗੁੱਡ ਮਾਰਨਿੰਗ ਸੰਤਾ ਬੰਤਨ ਪਾਰਟੀ। ਕਾਹਦੀ ਗੁੱਡ ਮਾਰਨਿੰਗ ਹੋ ਗਈ ਭਾਜੀ, ਘਟੀਆ ਮਾਰਨਿੰਗ ਹੋ। ਘੁੱਗੀ ਜੀ, ਜੇ ਤੁਸੀਂ ਥੱਲੇ ਸੀਗੇ ਸਾਨੂੰ ਉੱਪਰ ਕਿਉਂ ਜਾਣਦਾ ਟੈਂਕੀ ਉੱਤੇ? ਮੈਂ ਚੈੱਕ ਕਰਨਾ ਚਾਹੁੰਦਾ ਸੀ, ਤੁਸੀਂ ਕਿਤੇ ਪੁਲਿਸ ਨੂੰ ਨਾਲ ਤੇ ਨਹੀਂ ਲੈ ਕੇ ਆਏ? ਪੁਲਿਸ ਕਿੱਥੋਂ ਆਉਣੀ ਸੀ, ਪੈਸੇ ਤੁਸੀਂ ਸਾਰੇ ਸਾਰੇ ਠੱਗ ਲਏ, ਪੁਲਿਸ ਪੈਸੇ ਤੋਂ ਬਗੈਰ ਆਉਂਦੀ? ਘੁੱਗੀ ਜੀ, ਆਪਾਂ ਇੱਦਾਂ ਕਰਦੇ ਆਪਾਂ ਕਿਤੇ ਚੱਲੀਏ, ਉੱਥੇ ਬਹਿ ਕੇ ਡਿਸਕਸ ਕਰੀਏ, ਠੀਕ ਹੈ? ਕਿੱਥੇ ਗੱਲ ਕਰ ਲੈਂਦੇ ਆ ਆਪਾਂ? ਨਹੀਂ ਨਹੀਂ ਨਹੀਂ, ਇੱਥੇ ਗੱਲ ਨਹੀਂ ਕਰ ਸਕਦੇ, ਕਿਉਂਕਿ ਕੰਧਾਂ ਦੇ ਵੀ ਕੰਨ ਹੁੰਦੇ ਆ। ਇੱਥੇ ਕਿਹੜੀਆਂ ਕੰਧਾਂ ਘੁੱਗੀ ਜੀ? ਕੰਧਾਂ ਦੇ ਵਾਕਈ ਨਹੀਂ, ਪਰ ਆਪਾਂ ਇੱਥੇ ਡਿਸਕਸ ਕਰ ਲੈਂਦੇ ਆ। ਇੱਧਰ ਚੱਲਦੇ ਆ, ਇਸ ਝੂਲੇ ਤੇ ਬਹਿ ਕੇ ਹੋਏਗੀ ਗੋਲ ਮੇਜ ਕਾਨਫਰੰਸ, ਚਲੋ। ਓਕੇ, ਤੁਸੀਂ ਚਿੰਤਾ ਨਹੀਂ ਕਰਨੀ, ਘੁੱਗੀ ਜਿਹੜੇ ਹੁੰਦੇ ਆ ਤੁਹਾਡੀ ਸਿਸਟਰ ਦਾ ਵਿਆਹ ਪੂਰੀ ਸ਼ਾਨੋ ਸ਼ੌਕਤ ਨਾਲ ਹੋਏਗਾ। ਦੇਖੋ ਪੈਸਾ ਧੇਲਾ ਮੇਰੇ ਕੋਲ ਵੀ ਕੋਈ ਨਹੀਂ ਹੈਗਾ, ਪਰ ਇਹ ਹੈ ਕਿ ਦਿਮਾਗ ਹੈਗਾ ਆਪਣੇ ਕੋਲ। ਦੇਖੋ ਇਹਦੇ 'ਚ ਇਹ ਕਿ ਥੋੜ੍ਹਾ ਜਿਹਾ ਤੁਹਾਨੂੰ ਮੇਰਾ ਸਾਥ ਦੇਣਾ ਪਏਗਾ। ਘੁੱਗੀ ਜੀ, ਠੱਗੀਆਂ ਨਾਲ ਅਸੀਂ ਆਪਣੀ ਭੈਣ ਦਾ ਵਿਆਹ ਨਹੀਂ ਕਰਨਾ। ਦੇਖੋ ਜਿਨ੍ਹਾਂ ਕੋਲ ਆਪਣੀ ਬੱਚੀਆਂ ਦੀ ਸ਼ਾਦੀ ਕਰਨ ਵਾਸਤੇ ਪੈਸਾ ਨਹੀਂ ਹੁੰਦਾ, ਉਹ ਸਮਾਜ ਤੋਂ ਮਦਦ ਲੈਂਦੇ ਆ ਨਾ, ਅਤੇ ਸਮਾਜ ਤੁਹਾਨੂੰ ਪਤਾ ਅੱਜ ਕੱਲ੍ਹ ਗਰ ਗਿਆ ਪਿਆ, ਮਦਦ ਦਿੰਦਾ ਨਹੀਂ। ਸੋ ਆਪਾਂ ਲੈਣੀ ਮਦਦ ਹੀ ਹੈ ਸਮਾਜ ਤੋਂ, ਪਰ ਲਵਾਂਗੇ ਥੋੜ੍ਹਾ ਆਪਣੇ ਸਟਾਈਲ ਨਾਲ, ਜਿਹੜਾ ਨਹੀਂ ਵੀ ਦਿੰਦਾ ਢੰਗ ਨਾਲ ਉਹਦੇ ਕੋਲ ਮਦਦ ਲਵਾਂਗੇ, ਠੀਕ ਹੈ? ਪਰ ਇਹ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਕਿ ਤੁਹਾਡੀ ਸਿਸਟਰ ਦੀ ਸ਼ਾਦੀ ਪੂਰੀ ਸ਼ਾਨੋ ਸ਼ੌਕਤ ਨਾਲ ਹੋਏਗੀ। ਜੇ ਤੁਹਾਨੂੰ ਸੂਟ ਕਰਦਾ ਤਾਂ ਬੀ ਵਿਦ ਮੀ, ਨਹੀਂ ਤਾਂ ਤੁਹਾਡੀ ਮਰਜ਼ੀ ਹੈ। ਚਲੀਏ ਫਿਰ ਵਿੱਕੀ ਬਾਊ, ਦੇਖ ਲਓ, ਲੈਟਸ ਗੋ। ਓ ਯੈਸ, ਦੈਟਸ ਗ੍ਰੇਟ। ਕੱਲ ਆਪਾਂ ਮਿਲਦੇ ਹਾਂ ਰੇਲਵੇ ਸਟੇਸ਼ਨ ਤੇ, ਚਾਲੇ ਪਾਉਂਦੇ ਹਾਂ ਕਿਸੇ ਦੂਸਰੇ ਸ਼ਹਿਰ ਵੱਲ, ਠੀਕ ਹੈ? ਪਰ ਨਹੀਂ,
विक्की बाबू तू इत रहेगा, तू इत रह के सारा कारोबार देखेगा। संता सिंह मैं तेन पहले कहा ना इस चक्कर च ना फसीए, गड्डी तो बच के आ गए हूं, अगे देख रहा की बने हूं तो बंता सिंह फसे ही फसे, टीडी भी आ गया जी। कौन गेंदा को फंस के आओ मेरे नाल, चलो चलो टिकट 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 गल करो टीडी साहब छड़ के तमीज ना करो, तमीज दा मतलब कि टिकट दिखा दो, मैनू टिकट दिखा देना, तुसीं जेंटलमैन दे नाल गल करी दी है, टिकट चाहिदी है, हां आ लो फड़ो, देखो टिकट तां ठीक है पर तू दौड़िया क्यों? टिकट बिल्कुल ठीक है, हां मेरे कोल हैगी भी सी, ते फिर दौड़िया क्यों? चक्कर ए है कि मेरे नाल जिहड़े दो बंदे सी ना उन्हां कोल टिकट है नहीं सी, मैं ओ बाहर कढ़ने सी। मन गए कुगी, कमाल करती कुगी जी, कमाल करती। कुगी जी आप स्टेशन तो सुखी सांधी निकल आया, पर हुण भुख बड़ी लगी जे, भुख मैनू भी बहुत लगी, भुख ना यार मैनू भी बहुत लगी। May I help you? Yeah, sure, sure. Actually, I'm looking for a car. Right, sir. Sir, 1.3, 1.6 or 1.8? पॉइंटां च की रखे, 1.8 होवे, 1.6 होवे, 3 होवे, दरअसल पैसे वाला बंदा पॉइंटां ते नहीं जांदा, दरअसल पैसे वाले बंदे नूं सिर्फ गड्डी चाहिदी हुंदी, अच्छी कार चाहिदी हुंदी, जिहड़ी अच्छी कार सर यही है साडे कोल, अच्छी कार सर। ठीक है आपां टेस्ट ड्राइव लैणे आ, ठीक है मेरे को टेस्ट ड्राइव दो यार। सर लो गड्डी टेस्ट ड्राइव। हां थैंक यू, थैंक यू। बैठो जी बैठो बैठो, हां हां ले कोई ਗੱਡੀ ਤੁਹਾਡੀ ਦੀ ਟਰਾਈ ਅਸੀਂ ਲੈ ਲਈ ਹੈ, ਗੱਡੀ ਅੱਛੀ ਲੱਗੀ ਵੈਸੇ ਸਾਨੂੰ। ਓਏ ਬੰਤਾ ਸਿੰਘ ਕੁੱਕੀ ਤੇ ਬੜੇ ਵੱਡੇ ਆਰਡਰ ਤੇ ਆਈ। ਆਹੋ ਯਾਰ ਗੱਡੀ ਦੀ ਸਲਾਹ ਹੋਈ ਤੇ ਫਿਰ ਆ ਕੇ ਲੈ ਲਾਂਗੇ, ਬਾਕੀ ਹੁਣ ਅਸੀਂ ਇੱਥੇ ਡ੍ਰੌਪ ਹੋ ਜਾਣਾ, ਤੁਸੀਂ ਲੈ ਲਓ ਗੱਡੀ ਆ ਜਾਓ ਬਈ। चलो एदा करो फिर तुसी ना एक लिखो शाही पनीर, बेटे एक तंदूरी चिकन भी हो जाए, नॉन वेज आइटम हो जाएगी एक ना, एक चिकन तंदूरी, हाँ दैट्स ऑल। बेटा इधर आओ, ऐसा करो एक दम आलू भी लिखो, ठीक है दैट्स ऑल।
ਬੇਟੇ ਗੱਲ ਸੁਣੋ ਇੱਧਰ ਆਓ ਇੱਦਾਂ ਕਰੋ ਇੱਕ ਤੁਸੀਂ ਗ੍ਰੀਨ ਸੈਲਡ ਵੀ ਲਿਖੋ ਦੈਟਸ ਆਲ ਐ ਬੇਟੇ ਗੱਲ ਸੁਣੋ ਇੱਧਰ ਆਓ ਬੇਟੇ ਇੱਕ ਸਿਜ਼ਲਰ ਨਾ ਆਰਡਰ ਕਰੋ ਇਹ ਪਹਿਲੋਂ ਲਾਇਓ ਜ਼ਰਾ ਠੀਕ ਹੈ ਦੈਟਸ ਆਲ ਐ ਬੇਟੇ ਗੱਲ ਸੁਣੋ ਇੱਧਰ ਆਓ ਜ਼ਰਾ ਚਪਾਤੀ ਨਾਲ ਮਿਕਸ ਕਰ ਦਿਓ ਰਾਇਤਾ ਵੀ ਦੇਖ ਲਿਓ ਦੈਟਸ ਆਲ ਜਾਓ ਬੇਟਾ ਇੱਥੇ ਘੁੰਮੀ ਜਾਓਗੇ ਅਸੀਂ ਖਾਣਾ ਨਹੀਂ ਹੈ ਕੁਛ ਘੁੱਗੀ ਜੀ ਭਾਂਡੇ ਥੋੜੇ ਘੱਟ ਹੀ ਮੰਗਾਇਓ ਜਰਾ ਕਿਉਂ ਮਾਂਜਣ ਸਾਨੂੰ ਹੀ ਪੈਣੇ ਜੀ ਕਿਹੜੀਆਂ ਗੱਲਾਂ ਕਰਨ ਦਿਓ ਭਾਂਡੇ ਮਾਂਜਣ ਦੀਆਂ ਫਿਕਰ ਨਾ ਕਰੋ ਭਾਂਡੇ ਮਾਂਜਣ ਦੀ ਨੌਬਤ ਨਹੀਂ ਆਉਂਦੀ ਘੁੱਗੀ ਨਾਲ ਆਏ ਹੋ ਨਾ ਹੋਟਲ ਵਾਲਿਆਂ ਨੂੰ ਮਾਂਜ ਕੇ ਜਾਵਾਂਗੇ ਰੱਖੋ ਪਲੇਟਾਂ ਲਿਆਓ ਬਈ ਮੈਂ ਕਿਹਾ ਸੀ ਨਾ ਘੁੱਗੀ ਮਰਵਾਏਗਾ ਬੜੇ ਬੜੇ ਕੋਲੇ ਕਾਬੂ ਕੀਤੇ ਮੈਂ ਤੇ ਹੈਲੋ ਹੈਲੋ ਇੱਕ ਲੋਕਲ ਕਾਲ ਕਰਨੀ ਸੀ ਨੋ ਪ੍ਰੋਬਲਮ ਹਾਂਜੀ ਹਾਂਜੀ ਹਾਂ ਮੈਂ ਪਹੁੰਚ ਗਿਆ ਉੱਥੇ ਮੈਂ ਹੋਟਲ ਚ ਹੀ ਬੋਲ ਰਿਹਾ ਖਾਣਾ ਟਰਾਈ ਕੀਤਾ ਮੈਨੂੰ ਤੇ ਖਾਣਾ ਬਹੁਤ ਅੱਛਾ ਲੱਗਾ ਰੀਅਲੀ ਮੈਨੂੰ ਤੇ ਇੰਨਾ ਪਸੰਦ ਆਇਆ ਨਾ ਓਹੋ ਪੁੱਛੋ ਹੀ ਨਾ ਸ਼ਾਹੀ ਪਨੀਰ ਕਿਆ ਬਾਤ ਹੈ ਲਾਜਵਾਬ ਲਾਜਵਾਬ ਹਾਂ ਚਿਕਨ ਤੰਦੂਰੀ ਪੁੱਛੋ ਹੀ ਨਾ ਬਸ ਉਂਗਲਾਂ ਹੀ ਖਾ ਚੱਲਿਆ ਸੀ ਮੈਂ ਤੇ ਨਾਲ ਹੀ ਕਮਾਲ ਕਮਾਲ ਮੈਂ ਕਹਿੰਦਾ ਜੀ ਸੈਲਡ ਦਾ ਤੇ ਪੁੱਛੋ ਨਾ ਐਡਾ ਵਧੀਆ ਸੈਲਡ ਉਹਨਾਂ ਨੇ ਪਰੋਸਿਆ ਨਾ ਵੰਡਰਫੁਲ ਦਮ ਆਲੂ ਮੈਂ ਕਹਿੰਦਾ ਜੀ ਬਸ ਦਮ ਨਿਕਲਣ ਨੂੰ ਤਿਆਰ ਸੀ ਮੇਰਾ ਤੇ ਦਮ ਆਲੂ ਖਾ ਕੇ ਇੰਨੇ ਅੱਛੇ ਲੱਗੇ ਮੈਨੂੰ ਬਾਕੀ ਪੁੱਛ ਲੈਣਾ ਮੈਂ ਆਪਣਾ ਹਜ਼ਾਰ ਬੰਦੇ ਦੀ ਰੋਟੀ ਦਾ ਆਰਡਰ ਅਗਰ ਕਰੀਏ ਤੇ ਤੁਸੀਂ ਸਰਵ ਕਰ ਸਕਦੇ ਹੋ ਸ਼ੋਰ 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 ਹਜ਼ਾਰ ਬੰਦਾ ਦੇਖ ਲਓ ਹਾਂ 18 ਤਰੀਕ ਵੀ ਚੈੱਕ ਕਰ ਲਓ 18 ਸ਼ੋਰ ਸ਼ੋਰ ਠੀਕ ਹੈ ਹਜ਼ਾਰ ਬੰਦੇ ਦੀ ਰੋਟੀ ਦਾ ਉਹ ਕਰ ਸਕਦੇ ਆ ਭੁਗਤਾਨ ਹੈਲੋ ਆਵਾਜ਼ ਨਹੀਂ ਆ ਰਹੀ ਹੈਲੋ ਓ ਸੌਰੀ ਮੈਂ ਟੈਲੀਫੋਨ ਤੋਂ ਹੱਥ ਹੀ ਨਹੀਂ ਸੀ ਚੁੱਕਿਆ ਹਾਂ ਹੋ ਜਾਏਗਾ ਹਜ਼ਾਰ ਬੰਦੇ ਦੀ ਰੋਟੀ ਦਾ ਇੰਤਜ਼ਾਮ ਹਾਂ ਨੋ ਪ੍ਰੋਬਲਮ ਮੈਨੂੰ ਤਾਂ ਖਾਣਾ ਬਹੁਤ ਅੱਛਾ ਲੱਗਿਆ ਜੀ ਮੈਂ ਕਹਿੰਦਾ ਹੁਣੇ ਆਰਡਰ ਕਰ ਦਈਏ ਦੇਖ ਲਓ ਸ਼ੋਰ ਹੈ ਨਾ 18 ਤਰੀਕ ਸ਼ੋਰ 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 ਡੇਟ ਖਾਲੀ ਹੈ 18 ਨੋ ਪ੍ਰੋਬਲਮ ਹੋ ਜਾਏਗਾ ਹਾਂ ਮੈਨੂੰ ਤਾਂ ਬਹੁਤ ਅੱਛਾ ਨਹੀਂ ਮੈਂ ਜੂਸ ਨਹੀਂ ਅਜੇ ਟਰਾਈ ਕੀਤਾ ਮੈਂ ਜੂਸ ਸ਼ੋਰ ਸ਼ੋਰ ਜੂਸ 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 ਦੇਖ ਲੈਣੇ ਆ ਆ ਗਿਆ ਜੂਸ ਵੀ ਹੈ ਉਹ ਤਾਂ ਵੀ ਦੇ ਦਿਓ ਕੀ ਬਾਤ ਹੈ ਜੂਸ ਵੀ ਫਾਈਨਲ ਜੀ ਓ ਸ਼ੋਰ 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 ਹਾਂ ਵੰਡਰਫੁਲ ਨਹੀਂ ਠੀਕ ਹੈ ਬਾਕੀ ਪੇਸਟਰੀ ਦੇਖ ਲੈਣੇ ਪੇਸਟਰੀ ਮੈਂ ਦੇਖੀ ਨਹੀਂ ਖੈਰ ਅਜੇ ਸ਼ੋਰ 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 ਪੇਸਟਰੀ ਦੇਖ ਲੈਣੇ ਆ ਥੈਂਕ ਯੂ ਉਧਰ ਵੀ ਦਿਓ ਹਾਈ ਸਰ ਹਾਈ ਹਾਈ ਆ ਬੇ ਪੇਸਟਰੀ ਮੈਨੂੰ ਲੱਗ ਰਿਹਾ ਠੀਕ ਹੀ ਹੈ ਦੇਖਣ ਨੂੰ ਠੀਕ ਲੱਗ ਰਹੀ ਹੈ ਟੈਸਟ ਕਰੋ ਟੈਸਟ ਕਰੋ ਮੈਂ ਫਾਈਨਲ ਕਰ ਦੇਣਾ 1000 ਬੰਦਾ 18 ਤਰੀਕ ਓਕੇ ਜੀ ਮੈਂ ਫਿਰ ਫਾਈਨਲ ਕਰ ਦੇਣਾ ਠੀਕ ਹੈ ਮੈਨੇਜਰ ਸਾਹਿਬ ਇਸ ਤਰ੍ਹਾਂ ਕਰੋ ਕਿ ਤੁਸੀਂ ਮੈਨੂੰ ਆਪਣਾ ਵਿਜ਼ਿਟਿੰਗ ਕਾਰਡ ਦੇ ਦਿਓ ਹਾਂ ਸ਼ੋਰ 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 ਥੈਂਕ ਯੂ ਇਹ ਮੇਰਾ ਵਿਜ਼ਿਟਿੰਗ ਕਾਰਡ ਰੱਖੋ ਮੈਂ ਜਾ ਕੇ ਤੁਹਾਨੂੰ ਹੁਣੇ ਫਾਈਨਲ ਕਰ ਦੇਣਾ ਫੋਨ ਤੇ 1000 ਬੰਦੇ ਦੀ ਰੋਟੀ ਜੂਸ ਨਾਲ ਪੇਸਟਰੀ ਵਗੈਰਾ ਹੋਰ ਚਾਹੀਦਾ ਹੋਵੇ ਦੱਸ ਦਿਓ ਸ਼ੋਰ ਸ਼ੋਰ ਇਸ ਤਰ੍ਹਾਂ ਕਰੋ ਹੁਣ ਸਾਡੀ 3 ਬੰਦਿਆਂ ਦੀ ਰੋਟੀ ਸੀ ਤੇ ਨਾਲ ਸੀ ਸਾਡਾ ਉਹ ਸੌਰੀ ਫੋਨ ਇੱਕ ਕੀਤਾ ਮੈਂ ਲੋਕਲ ਕਾਲ ਤੇ ਬਿੱਲ ਇੱਥੇ ਤੁਹਾਡੇ ਕੋਲ ਪਿਆ ਸਰ ਬੇਇੱਜ਼ਤੀ ਕਰ ਰਹੇ ਬੇਇੱਜ਼ਤੀ ਕਰ ਰਹੇ ਨਹੀਂ ਨਹੀਂ ਪੇਮੈਂਟ ਦਾ ਆਰਡਰ 3 ਬੰਦਿਆਂ ਦੀ ਰੋਟੀ ਨੋ 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 ਸਰ 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 ਇਸ ਵਾਰ ਪਲੀਜ਼ ਸਰ ਫੈਸਲਾ ਦੇਖ ਲਓ ਨੋ 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 ਪੱਕਾ ਪੱਕਾ ਡਨ ਇਟ ਠੀਕ ਹੈ ਜੀ ਓਕੇ ਮੈਂ ਤੁਹਾਨੂੰ ਜਾ ਕੇ ਆਰਡਰ ਨੋਟ ਕਰਵਾ ਦੇਣਾ ਹਾਂ ਸ਼ੋਰ ਇਹ ਫਿਰ ਮੈਂ ਪਲੀਜ਼ 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 ਹਾਊਸ ਹਾਊਸ ਸਰ ਵੰਡਰਫੁਲ ਵੈਰੀ ਟੇਸਟੀ ਓਕੇ ਓਕੇ ਓ ਸ਼ੋਰ 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 ਕੁਕੀ ਜੀ ਪੇਟ ਕੁਝ ਜ਼ਿਆਦਾ ਭਰ ਗਿਆ ਕੋਈ ਗੱਲ ਨਹੀਂ ਜ਼ਿਆਦਾ ਭਰ ਗਿਆ ਤੇ ਹਰ ਚੀਜ਼ ਦਾ ਇਲਾਜ ਹੈਗਾ ਕੁਕੀ ਜੀ ਕੋਲ
ਚੂਰਨ ਦੀਆਂ ਗੋਲੀਆਂ ਹਮੇਸ਼ਾ ਨਾਲ ਰੱਖੀ ਦੀਆਂ, ਪਤਾ ਨੀ ਕਿੱਥੇ ਲੋੜ ਪੈ ਜਾਣੀ, ਖਾਈਦਾ ਕਿਤੇ ਥੋੜਾ। ਇਹ ਲੋ ਫੋਟੋ ਗੋਲੀ, ਉਹ ਜ਼ਿਆਦਾ ਹੀ ਆ ਗਈ ਹੈ, ਕਿਤੇ ਨੀ। ਇਹ ਖਾ ਕੇ ਦੱਸੋ ਫਿਰ ਮੈਨੂੰ। ਭੁੱਗੀ ਜੀ ਇੱਕ ਗੱਲ ਪੁੱਛਾਂ, ਅੱਜ ਤਾਂ ਆਪਾਂ ਕਾਰ ਤੇ ਸੀ ਤੇ ਜਾਵਾਂਗੇ ਪੈਦਲ, ਇਹ ਕਿੱਦਾਂ ਹੋ ਸਕਦਾ? ਜੇ ਆਏ ਕਾਰ ਤੇ ਸੀ ਨਾ ਪੈਦਲ ਨਹੀਂ ਲੈ ਕੇ ਜਾਂਦੇ ਤੁਹਾਨੂੰ, ਚਿੰਤਾ ਨਾ ਕਰੋ। ਇਹ ਘੁੱਗੀ ਜੀ ਕੋਲ ਹਰ ਹਰ ਮਰਜ਼ ਦਾ ਇਲਾਜ ਹੈਗਾ। ਜਹਾਜ਼ ਬਣਾ ਲਗੇ ਮੈਂ ਕਰ ਲਿਆ ਟਰਾਈ ਲੈਣ ਗਏ, ਅਸੀਂ ਨਹੀਂ ਕੀਤਾ ਕਦੇ ਐਕਸੀਡੈਂਟ। ਕੋਈ ਗੱਲ ਨੀ, ਅਗਲੀ ਚਾਬੀ ਟਰਾਈ ਕਰਦੇ ਆ, ਲੈ ਫੜਾ ਉਧਰ ਵਾਪਸ ਕਰੋ ਨਾਲੋਂ ਨਾਲ। ਹਾਂ ਠੀਕ ਹੈ, ਡਨ ਇਟ। ਆ ਜਾਓ ਫਿਰ। ਨਹੀਂ ਨਹੀਂ ਕੋਈ ਨੀ, ਲਾ ਕੇ ਆਓ ਗੇੜਾ ਤੁਸੀਂ। ਨਹੀਂ ਨਹੀਂ ਮਾਰੇ ਗੱਡੀ, ਤੁਹਾਡੀ ਨਾਲ ਬੈਠੇ ਤੁਸੀਂ। ਕੋਈ ਬੇਇਤਬਾਰੀ ਹੈ ਬਾਊ ਜੀ, ਤੁਹਾਡੇ ਤੇ ਬੰਦੇ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਬੰਦਾ ਇਮਾਨਦਾਰ ਹੈ ਕਿ ਨਹੀਂ। ਤੁਸੀਂ ਬਹੁਤ ਇਮਾਨਦਾਰ ਲੱਗ ਰਹੇ ਮੈਨੂੰ, ਲਾਓ ਗੇੜਾ ਤੁਸੀਂ, ਕੋਈ ਗੱਲ ਨਹੀਂ। ਹਾਂ ਬਿਲਕੁਲ, ਅਸੀਂ ਖੜੇ ਹਾਂ ਵੇਟ ਕਰ ਰਹੇ। ਮੇਰਾ ਸਕੂਟਰ ਤਾਂ, ਚਿੰਤਾ ਨਾ ਕਰੋ, ਖੜੇ ਆ ਨਾ। ਹਾਂਜੀ ਹਾਂਜੀ ਚਿੰਤਾ ਨਾ ਕਰੋ, ਗੇੜੀ ਦੂਰ ਦੀ ਨਾ ਆਇਓ, ਕੋਈ ਨੀ ਪੈਟਰੋਲ ਬੜਾ ਵਿੱਚ। ਦੂਰ ਗੇੜੀ ਕੱਢ ਕੇ ਆਓ, ਕਿਤੇ ਛੇਤੀ ਨਾ ਆਇਓ, ਕੋਈ ਗੱਲ ਨੀ। ਹਾਂਜੀ ਹਾਂਜੀ ਟਾਟਾ। ਭਾਜੀ ਇੱਥੇ ਮੇਰੀ ਗੱਡੀ ਖੜੀ ਸੀ, ਐਸੇ ਖੜੀ ਸੀ ਨਾ। ਹਾਂਜੀ ਹਾਂਜੀ ਓ ਲੈ ਗਈ, ਫੜੋ ਚੋਰ, ਜਾ ਫੜੋ ਕੁੱਤੂ, ਪੈਟਰੋਲ ਨੀ ਮੋਗਿਆ। ਉਧਰੋਂ ਥੱਲੇ, ਉਧਰੋਂ ਥੱਲੇ ਯਾਰ, ਕੀ ਹੋਇਆ? ਕੀ ਹੈ ਹੁਣ? ਕੀ ਬਹੁਤ ਸਮੈਲ ਆ ਰਹੀ ਯਾਰ ਤੁਹਾਡੇ ਕੋਲੋਂ। ਸਭ ਤੋਂ ਪਹਿਲਾਂ ਆਪਣੇ ਕੱਪੜੇ ਬਦਲੋ ਯਾਰ। ਬੋਰੀ ਹੋ ਗਈ ਤੁਹਾਡੀ ਆਦਤ ਆ ਬੇਇੱਜ਼ਤੀ ਕਰਨ ਦੀ। ਬੇਇੱਜ਼ਤੀ ਕਰਨ ਦੀ ਨਹੀਂ, ਤੁਹਾਡੀ ਆਦਤ ਬੇਇੱਜ਼ਤੀ ਕਰਾਉਣ ਦੀ। ਜਿੱਥੇ ਜਾਈਦੇ ਲੋਕੀ ਸੁੰਘ ਸੁੰਘ ਵੇਖਦੇ ਨੇ ਹਰੇਕ ਕਿੱਥੋਂ ਆ ਗਏ ਨੇ। ਉਹ ਯਾਰ ਆਪਾਂ ਜੇ ਅੱਛੀਆਂ ਥਾਵਾਂ ਤੇ ਜਾਣਾ, ਪਤਾ ਲੱਗਣਾ ਚਾਹੀਦਾ ਬੰਦੇ ਸਟੈਂਡਰਡ ਤੇ ਆਏ ਨੇ, ਕਿਸੇ ਸਟੈਂਡਰਡ ਦੇ ਬੰਦੇ ਨਾਲ ਆਏ ਨੇ। ਸਭ ਤੋਂ ਪਹਿਲਾਂ ਕੱਪੜੇ ਬਦਲੋ ਯਾਰ। ਕੀ ਕਰੀਏ ਕੀ ਹੁਣ? ਬਦਲ ਕੱਪੜੇ ਬਦਲੀਏ, ਕੱਪੜੇ ਬਦਲੋ। ਉਹਨੇ ਬਦਲੀਏ ਕਿੱਥੇ ਹੁਣ? ਇੱਥੇ ਕਿੱਥੇ ਬਦਲੀਏ ਆਪਾਂ? ਨਾ ਵੀ ਗੁਸਲਖਾਨਾ ਬਈ, ਦੈਟਸ ਯੂਅਰ ਪ੍ਰੋਬਲਮ, ਮੈਨੂੰ ਨਹੀਂ ਪਤਾ। ਮੈਨੂੰ ਇਹ ਬਸ ਕੱਪੜੇ ਚੇਂਜ ਕਰੋ, ਮੈਂ ਤਾਂ ਨਹੀਂ ਤੁਹਾਡੇ ਨਾਲ ਕਿਤੇ ਜਾ ਸਕਦਾ। ਹਰ ਚੀਜ਼ ਦਾ ਪ੍ਰਬੰਧ ਕਰ ਦਿਓ, ਤਾਂ ਵੀ ਕਰ ਦਿਓ। ਹੁਣ ਯਾਰ ਮੈਂ ਤੁਹਾਡੇ ਕੱਪੜੇ ਬਦਲਣ ਦਾ ਹੋ ਗਿਆ ਇੰਤਜ਼ਾਮ, ਮੈਂ ਬੱਚੇ ਨੂੰ ਆਵਾਜ਼ ਮਾਰਦਾ, ਉਹ ਬੱਚੇ ਦੇ ਪਿੱਛੇ ਖੜੇ ਹੋ ਕੇ ਕੱਪੜੇ ਬਦਲ ਲਿਓ। ਪਿੱਛੇ ਖੜੇ ਹੋ ਗਏ? ਹਾਂ ਰੁਕੋ ਜਰਾ, ਇਹ ਬੇਟੇ, ਇਹ ਬੇਟੀ ਦੇ ਰਹੋ ਜਰਾ। ਤੁਸੀਂ ਮੇਰੇ ਮੈਨੂੰ ਪਛਾਣਿਆ ਕਿ ਨਹੀਂ ਪਛਾਣਿਆ? ਨਹੀਂ ਜੀ। ਪਰ ਬੇਟੇ ਮੈਂ ਤੁਹਾਨੂੰ ਪਛਾਣ ਲਿਆ। ਅੱਛਾ ਜੀ? ਹਾਂਜੀ। ਠੀਕ ਹੈ ਜੀ, ਚਲੋ ਬੇਟੇ ਤੁਸੀਂ ਲੇਟ ਨਾ ਹੋਵੋ, ਹੁਣ ਟਾਈਮ ਸਿਰ ਪਹੁੰਚੋ ਘਰ। ਚਲੋ ਠੀਕ ਹੈ ਜੀ, ਇੱਧਰ ਜਾ ਰਹੇ ਸੀ ਤੁਸੀਂ ਤੇ। ਅੱਛਾ, ਇੱਧਰ ਨਿਕਲ ਜਾਓ। ਥੈਂਕ ਯੂ ਜੀ, ਬਦਲ ਲੈ ਕੱਪੜੇ, ਮੰਨ ਗਏ ਸਕੀਮ ਨੂੰ। ਬੇਟੇ ਮੂੰਹ ਤੁਹਾਡਾ ਕੀ ਕੀਤਾ ਜੀ? ਕੱਪੜੇ ਬਦਲੇ? ਤੁਸੀਂ ਤੇ ਬੇਵਕੂਫ ਹੋ, ਆਪਸ ਹੀ ਬਦਲ ਲੈਣ।
ਬੋਦੇ ਕੱਪੜਿਆਂ ਤੇ ਫੇਰ ਆਈ ਜਾਣੀ ਹੈ। ਕੁੱਗੀ ਭਾਜੀ ਸਾਡੇ ਕੋਲ ਕੱਪੜੇ ਹੈ ਨਹੀਂ ਤੇ ਆਪਸ ਹੀ ਬਦਲਨੇ ਨਾ ਫੇਰ। ਬਹੁਤ ਯਾਰ, ਇਹ ਵੀ ਸਿਆਪੇ ਵਾਲੀ ਗੱਲ। ਕੱਪੜੇ ਬਦਲਣ ਦਾ ਐਡਾ ਸੋਹਣਾ ਮੌਕਾ ਦਿੱਤਾ ਤੁਹਾਨੂੰ ਮੈਂ, ਥਾਂ ਦਿੱਤੀ, ਬਦਲੇ ਵੀ ਤੇ ਆਪੋ ਚ। ਸਮੈਲ ਤੇ ਓਨੀ ਆ ਰਹੀ, ਸੁਣ ਕੇ ਵੇਖੋ ਦੂਸਰੇ ਨੂੰ, ਬੇਹੋਸ਼ ਨਾ ਹੋ ਕੇ ਤੇ ਗੱਲ ਕਰਿਓ। ਗੱਲ ਤਾਂ ਤੁਹਾਡੀ ਠੀਕ ਹੈ, ਮੈਂ ਕਰੂੰ ਕੁਝ ਅਰੇਂਜਮੈਂਟ। ਤੂੰ ਅਰੇਂਜਮੈਂਟ ਕਰੋ ਨਾ। ਅਰੇਂਜਮੈਂਟ ਕਰੀ ਹੁਣ, ਕੱਪੜੇ ਵੀ ਤੁਹਾਨੂੰ ਯਾਰ ਮੈਂ ਲੈ ਕੇ ਦਿਆਂ। ਇਹਨਾਂ ਕੋਈ ਕਰਦੇ ਹੁਣ, ਕੱਪੜੇ ਵੀ ਲੈ ਦਿਓ। ਪੈਸਾ ਅੱਗੇ ਜੇਬ ਚ ਕੋਈ ਨਹੀਂ। ਚਲੋ ਕਰਦੇ ਇੰਤਜ਼ਾਮ ਫਿਰ, ਆਓ ਮੇਰੇ ਨਾਲ। ਕਿੰਨੀ ਵੈਰਾਈਟੀ ਤੁਹਾਡੇ ਕੋਲ, ਪ੍ਰਾਈਸ ਫਿਰ ਵੀ ਕਿੰਨੇ ਜੈਨੂਇਨ ਹੈ। ਥੈਂਕ ਯੂ ਥੈਂਕ ਯੂ। ਅੱਛਾ ਕਾਕੇ, ਗੱਲ ਸੁਣੋ, ਤੁਸੀਂ ਚੱਲੋ ਫਿਰ। ਨਹੀਂ ਉਹ ਦਰਸਰ ਪਤਾ ਕੀ, ਬਰਾਤ ਰਸਤੇ 'ਚ ਖੜੀ ਹੈ, ਸਾਡੀ ਵੇਟ ਹੋ ਰਹੀ ਹੈ, ਐਮਰਜੈਂਸੀ ਕੱਪੜਿਆਂ ਦੀ ਲੋੜ ਪੈ ਗਈ। ਮੈਂ ਕਿਹਾ ਫਿਰ ਇਸ ਤੋਂ ਵਧੀਆ ਸਟੋਰ ਤੇ ਕੋਈ ਨਹੀਂ ਹੋ ਸਕਦਾ ਨਾ, ਐਮਰਜੈਂਸੀ ਜਿਹੜਾ ਮਰਜ਼ੀ ਕੱਪੜਾ ਲਓ ਇੱਥੋਂ ਮਿਲ ਜਾਏਗਾ। ਤੁਹਾਡੇ ਨਾਲ ਕਾਹਦੀ ਗੱਲ ਲੁਕੋ ਵਾਲੀ ਹੈ ਕੋਈ? ਇਹ ਸਰਬਾਲਾ ਹੈਗਾ ਜੀ, ਇਹਦਾ ਟਾਈਮ ਸਿਰ ਪਹੁੰਚਣਾ ਬਹੁਤ ਜ਼ਰੂਰੀ ਹੈ। ਅਜੇ ਤਾਂ ਲਾੜਾ ਵੀ ਆਉਣ ਨੂੰ ਫਿਰਦਾ ਸੀ, ਲਾੜੇ ਨੂੰ ਮਾਉਣ ਨਹੀਂ ਦਿੱਤਾ। ਮੈਂ ਕਿਹਾ ਤੂੰ ਚੱਲ, ਤੇਰੇ ਅਸੀਂ ਕੱਪੜੇ ਲੈ ਆਉਂਦੇ ਹਾਂ ਅਸੀਂ। ਉਹ ਬਰਾਤ ਵੇਟ ਕਰਦੀ, ਤੁਸੀਂ ਚਲੋ ਪਹੁੰਚੋ 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 ਪਹੁੰਚੋ, ਨਿਕਲ ਜਾਓ। ਹਾਂ ਹੈਲੋ ਫਰੁਕਾਟ। ਹਾਂ ਬਾਬਾ, ਹਾਂਜੀ ਚੱਲੇਗਾ, ਚੱਲਣਾ ਚਾਹੀਦਾ। ਮਾਫ ਕਰਨਾ ਭਾਜੀ, ਤੁਹਾਡਾ ਕਾਰਡ ਕੰਮ ਨਹੀਂ ਕਰ ਰਿਹਾ। ਇੱਕ ਟਰਾਈ ਹੋਰ ਕਰ ਲਓ, ਮੈਂ ਕਹਿੰਦਾ ਮੈਨੂੰ ਲੱਗਦਾ ਚੱਲੇਗਾ, ਕਿਉਂਕਿ ਚੱਲਣਾ ਚਾਹੀਦਾ, ਰੂਲ ਚਾਹੀਦਾ। ਵੈਸੇ ਭਾਜੀ ਟਰਾਈ ਕਰਨ ਦਾ ਕੋਈ ਫਾਇਦਾ ਹੈ ਨਹੀਂ, ਚਲੋ ਕਰ ਲਓ ਪਲੀਜ਼। ਚੱਲੇਗਾ ਚੱਲੇਗਾ, ਨੋ ਪ੍ਰੋਬਲਮ। ਮਾਫ ਕਰਨਾ ਭਾਜੀ, ਫਸਟ ਟਾਈਮ ਵੈਸੇ ਇੱਦਾਂ ਹੋਇਆ, ਲੱਖਾਂ ਕਰੋੜਾਂ ਰੁਪਏ ਦੀ ਸ਼ੋਪਿੰਗ ਹੈ ਤੂੰ ਕੀਤੀ ਹੈ, ਤੁਹਾਡੀ ਗੱਲ ਹੋ ਗਈ, ਕਿਉਂਕਿ ਹੁਣ ਇਹਨਾਂ ਦਾ ਕੈਸ਼ ਵੀ ਨਹੀਂ ਕੈਰੀ ਕਰ ਰਿਹਾ ਮੈਂ, ਥੋੜੇ ਬਹੁਤੇ ਪਰਚੀਆਂ ਹੈਗੀਆਂ ਉਹ ਲਟਾਉਣ ਵਾਸਤੇ। ਉਹ ਤਾਂ ਠੀਕ ਹੈ ਭਾਜੀ, ਪਰ ਪੈਸਿਆਂ ਤੋਂ ਬਿਨਾਂ ਕੰਮ ਨਹੀਂ ਚੱਲਣਾ। ਤੁਸੀਂ ਤਾਂ ਕਰੋ, ਆ ਮੇਰੇ ਕੋਲ ਸਕੂਟਰ ਦੀ ਚਾਬੀ ਰੱਖ ਲਓ, ਠੀਕ ਹੈ ਜੀ। ਵੈਸੇ ਮਾਫ਼ ਕਰਨਾ ਭਾਜੀ, ਜਿਹਨਾਂ ਤੁਹਾਡਾ ਬਿੱਲ ਬਣਿਆ ਨਾ, ਇੰਨੇ 'ਚ ਤਾਂ ਦੋ ਸਕੂਟਰ ਆ ਜਾਂਦੇ ਆ। ਚੱਕਰ ਇਹ ਨਾ, ਮੇਰਾ ਬਰਾਤੇ ਜਾਣਾ ਬਹੁਤ ਜ਼ਰੂਰੀ ਹੈ, ਮੈਂ ਵੀ ਬਰਾਤ ਦੇ ਵਿੱਚ ਬੜਾ ਇੰਪੋਰਟੈਂਟ ਬਰਾਤੀ ਹੈਗਾ, ਸਾਰੇ ਤੇ ਮੇਰੀ ਵੇਟ ਕਰਨਗੇ। ਦਰਅਸਲ ਤੁਹਾਡੇ ਕੋਲ ਕਾਹਦਾ ਲੁਕਾ ਹੈਗਾ ਜੀ, ਭੰਗੜਾ ਵੀ ਮੈਨੂੰ ਇਕੱਲੇ ਨੂੰ ਆਉਂਦਾ, ਮੈਂ ਨਾ ਉੱਥੇ ਵੈਸੇ ਭੰਗੜਾ ਵੀ ਨਹੀਂ ਪੈਣਾ, ਬੜੀ ਦਿੱਕਤ ਵਾਲੀ ਗੱਲ ਹੈ। ਪਰ ਮੇਰੇ ਵੱਲ ਵੇਖ ਕੇ ਕਈ ਸ਼ੁਰੂ ਹੋ ਜਾਂਦੇ ਨੇ, ਉੱਦਾਂ ਕਿਸੇ ਨੂੰ ਭੰਗੜਾ ਨਹੀਂ ਆਉਂਦਾ। ਇੱਦਾਂ ਕਰ ਸਕਦੇ ਹਾਂ, ਕਿਉਂਕਿ ਇੰਨੀ ਵਾਕਫੀਅਤ ਵੀ ਨਹੀਂ, ਤੁਸੀਂ ਉਧਾਰ ਕਰ ਲਓ ਮੇਰੇ ਨਾਲ। ਹਾਂ ਯੈਸ, ਇੱਦਾਂ ਕਰੋ ਤੁਸੀਂ, ਤੁਹਾਡੇ ਕੋਲ ਮੁੰਡਾ ਕੋਈ ਅਸਲ ਖਾਲੀ ਹੈਗਾ, ਵਿਹਲਾ ਹੋਵੇ ਜਿਹੜਾ ਇਸਲੇ। ਹਾਂ ਬਿਲਕੁਲ, ਹੋਰ ਤੁਸੀਂ ਮੇਰੇ ਨਾਲ ਭੇਜੋ, ਮੈਂ ਬੈਂਕ ਜਾਣਾ, ਉੱਥੋਂ ਕੈਸ਼ ਕਢਾ ਕੇ ਪੇਮੈਂਟ ਉਹਨੂੰ ਕਰਕੇ ਤੇ ਉਹ ਮੁੰਡਾ ਆ ਜਾਂਦਾ ਪੈਸੇ ਲੈ ਕੇ। ਹਾਂ ਠੀਕ ਹੈ ਭਾਜੀ, ਮੁੰਡਾ ਮੇਰਾ ਭੇਜ। ਹਾਂ ਬਿਲਕੁਲ ਠੀਕ ਹੈ, ਹੁਣੀ ਹੁਣੀ ਮੋਨੂ। ਹਾਂਜੀ ਭਾਈ, ਇਧਰ ਬੇਟਾ, ਕੀ ਕਹਿੰਦਾ ਸੀ ਉਧਰ? ਸਰ ਕੱਪੜੇ ਤਾਂ ਲਾ ਰਿਹਾ ਸੀ। ਕੱਪੜਿਆਂ ਨੂੰ ਛੱਡ, ਗੋਲੀ ਮਾਰ, ਇੱਧਰ ਭਾਜੀ ਨਾਲ ਜਾ, ਜ਼ਰਾ ਪੈਸੇ ਲੈ ਕੇ ਆ ਜਾ ਬੇਟਾ। ਓਕੇ ਜੀ, ਆਈ ਰੀਲੀ ਅਪਰੀਸ਼ੀਏਟ, ਥੈਂਕ ਯੂ ਥੈਂਕ ਯੂ ਭਾਜੀ। ਬੇਟਾ ਜੀ, ਹਾਂਜੀ, ਤੁਸੀਂ ਬਸ 2 ਮਿੰਟ ਰੁਕੋ ਤੇ ਮੈਂ ਬੇਟਾ ਦੋ ਪੇਮੈਂਟ ਕਢਾ ਕੇ ਲਿਆ ਬੈਂਕ ਚੋਂ, ਠੀਕ ਹੈ? ਮੈਂ ਲੈ ਚੱਲਿਆ ਚੈੱਕ ਮੌਕੇ ਤੇ ਜੀ, 2 ਮਿੰਟ ਜਾ ਬੇਟਾ, ਵੇਟ ਕਰੀ ਬਸ। ਅੱਧੇ ਘੰਟੇ ਦਾ ਬਾਹਰ ਬੈਠਾ ਹੋਇਆ, ਉਹ ਬੈਂਕ ਤੋਂ ਹੀ ਨਹੀਂ ਆਇਆ, ਮੈਂ ਹੁਣ ਦੱਸੋ ਕੀ ਕਰਾਂ ਇੱਥੇ। ਭੱਲੇ ਉਹ ਤੇਰੇ, ਆ ਨੰਬਰ ਪੜ ਜਿਹੜਾ ਕੀ ਆ ਓਏ, ਹੈ BB10@9912। ਭੱਲੇ ਭੱਲੇ ਜਨਾਬ, ਮੈਂ ਸ਼ਾਬਾਸ਼, ਮੈਂ ਉਹ ਸਾਡੀਆਂ ਨੀਂਦਾਂ ਆਰਾਮ ਕਰਕੇ ਆਪ ਸਕੂਟਰ ਤੇ ਸੁੱਤਾ ਓਏ। ਜਨਾਬ ਮੈਂ ਕੀ ਕੀਤਾ ਜੀ? ਉਹ ਤੂੰ ਕੀਤਾ ਹੀ ਕੁਛ ਨਹੀਂ ਓਏ, ਐਸਪੀ ਸਾਹਿਬ ਦੇ ਸਾਲੇ ਦਾ ਸਕੂਟਰ ਚੋਰੀ ਹੋਇਆ। ਚੱਲ ਛੱਡ ਯਾਰ, ਤੈਨੂੰ ਦੱਸਾਂ, ਉਹ ਇਹਨੂੰ ਚੁੱਕ ਕੇ ਲੈ ਚੱਲ ਜੀਪ 'ਚ ਸੁੱਟ। ਕੀ ਕੀਤਾ ਜੀ? ਮੈਂ ਕੀ ਕੀਤਾ? ਉਹ ਮੈਂ ਉਹਨੂੰ ਜੀਪ 'ਚ ਲੈ ਕੇ ਜਾਣਾ, ਤੂੰ ਸਕੂਟਰ ਲੈ ਕੇ ਆ ਮੇਰੇ ਮਗਰ। ਬੰਦ ਕਰ ਲੈ, ਕੋਈ ਨੀ
ਬਣ ਗਈ ਗੱਲ, ਬਸ ਹੁਣ ਤੁਸੀਂ ਮੇਰੇ ਨਾਲ ਰਹਿਣਾ ਕਾਕੇ, ਜਦੋਂ ਲੋੜ ਪੈਗੀ ਤੁਹਾਨੂੰ ਮੈਂ ਆਵਾਜ਼ ਮਾਰਾਂਗਾ ਅੰਦਰ ਆ ਜਾਓ, ਠੀਕ ਹੈ? ਠੀਕ ਹੈ ਜੀ, ਠੀਕ ਹੈ ਜੀ। ਤੂੰ ਵੀ ਗੱਡੀ ਮੋੜ ਕੇ ਵਾਪਸ ਲਾ ਲੈ। ਸਤਿ ਸ਼੍ਰੀ ਅਕਾਲ ਲਾਲਾ ਜੀ, ਸਤਿ ਸ਼੍ਰੀ ਅਕਾਲ। ਹੁਕਮ ਕਰੋ, ਕੀ ਚਾਹੀਦਾ? ਪਛਾਣਿਆ ਨੀ ਤੁਸੀਂ ਮੈਨੂੰ? ਲਾਲਾ ਜੀ ਭੁੱਲ ਗਏ ਮੈਂ ਬਹੁਤ ਦੇਰ ਬਾਅਦ ਆ ਨਾ, ਜ਼ਰਾ ਗੌਰ ਨਾਲ ਵੇਖੋ, ਤੁਸੀਂ ਮੈਨੂੰ ਪਛਾਣ ਲੈਣਾ? ਨਹੀਂ ਪਛਾਣਿਆ? ਕਮਾਲ ਕਰ ਰਹੇ ਹੋ ਲਾਲਾ ਜੀ, ਸਾਡੇ ਘਰ ਦਾ ਸਾਰਾ ਰਾਸ਼ਨ ਇਸ ਦੁਕਾਨ ਤੋਂ ਜਾਂਦਾ। ਕਿਉਂ ਲਾਲਾ ਜੀ? ਉਹ ਮੈਂ ਸੰਤੋਖ ਦਾ ਮੁੰਡਾ, ਸੰਤੋਖ ਸਿੰਘ ਦਾ। ਸੰਤੋਖ ਕੌਣ? ਆਪਣਾ ਸੰਤੋਖ ਸਿੰਘ ਕੌਣ? ਆਪਣਾ ਬਾਬਾ ਸੁਰਜਨ ਸਿੰਘ ਦਾ ਮੁੰਡਾ, ਸੁਰਜਨ ਸਿੰਘ। ਠੀਕ ਹੈ, ਪਰ ਤੁਹਾਨੂੰ ਚਾਹੀਦਾ ਕੀ ਹੈ? ਰਾਸ਼ਨ ਚਾਹੀਦਾ। ਇਹ ਸਾਰਾ ਉੱਤੇ ਸਮਾਨ ਲਿਖਿਆ ਜੀ। ਹਾਂ ਠੀਕ ਹੈ ਜੀ। ਮਨੋਹਰ, ਹਾਂਜੀ, ਆ ਸਾਰਾ ਸਮਾਨ ਲਦਾ ਦੇ। ਲਓ ਜੀ, ਬੰਦੇ ਹੈਗੇ ਨਾਲ ਆਪਣੇ, ਆਏ ਨੇ ਨਾਲ, ਰਖਵਾ ਲੈਣਗੇ ਨਾਲ ਆਪੇ ਹੀ। ਮੇਰੇ ਹਿਸਾਬ ਨਾਲ ਰਾਸ਼ਨ ਸਾਰਾ ਠੀਕ ਲੱਦਿਆ ਗਿਆ, ਤੁਸੀਂ ਆਪੇ ਕਰੀ ਚੈੱਕ ਕਰ ਲਓ। ਹੈ ਚੈੱਕ ਕਰਦਾ ਕਰਦਾ, ਮੈਂ ਕਹਿੰਦਾ ਤੁਸੀਂ ਰਾਸ਼ਨ ਲੈ ਕੇ ਚੱਲੋ। ਅੱਡ ਜੋ ਖਾਤਰ? ਹਾਂ, ਹਲਵਾਈ ਬੈਠਾ ਐਵੇਂ ਵੇਟ ਕਰਦਾ ਪਿਆ ਸਮਾਨ ਦੀ, ਤੁਸੀਂ ਜਾਓ ਬੂੰਦੀ ਬਾਂਦੀ ਬਣਾਵੇ ਅਗਲਾ, ਠੀਕ ਹੈ ਕਿ ਨਹੀਂ? ਇੱਦਾਂ ਕਰੋ, ਟਿਕੜੇ ਹਿਸਾਬ ਦੇ ਕਢਾਇਓ, ਛੋਟੇ ਛੋਟੇ ਜੇ ਮੱਠੀਆਂ, ਠੀਕ ਹੈ? ਹਾਂਜੀ ਲਾਲਾ ਜੀ, ਕੀ ਹਿਸਾਬ ਦਾ ਬਣਿਆ ਜੀ ਆਪਣਾ? ਇਹ ਜੀ ਤੁਹਾਡੇ ਜੀ ਸੁਖ ਨਾਲ 21,926 ਰੁਪਏ 50 ਪੈਸੇ। ਠੀਕ ਹੈ ਜੀ। ਸੋਨੂੰ ਨੀ ਆਇਆ ਜੀ? ਸੋਨੂੰ ਨਿੱਕਾ ਮੇਰੇ ਤੋਂ ਛੋਟਾ। ਅੱਛਾ ਅੱਛਾ ਅੱਛਾ, ਪੇਮੈਂਟ ਲੈ ਕੇ ਆ ਰਿਹਾ ਸੀਗਾ, ਬੈਂਕ ਚੋਂ ਕਢਾਉਣੇ ਸੀ ਅੱਜ। ਗੱਲ ਕੀ ਹੋਈ, ਪਹੁੰਚੇ ਕਿਉਂ ਨਹੀਂ? ਹਾਂ ਮੈਂ ਉਹਦੀ ਵੇਟ ਹੀ ਕਰ ਰਿਹਾ ਜੀ, ਫੋਨ ਹੋਣਾ ਤੁਹਾਡੇ ਕੋਲ ਲਾਲਾ ਜੀ। ਹਾਂ ਸੋਨੂੰ, ਉਹ ਤੂੰ ਪਹੁੰਚਿਆ ਨੀ ਬਈ, ਮੈਂ ਇੱਥੇ ਰਾਸ਼ਨ ਦੀ ਦੁਕਾਨ ਤੇ ਖੜਾ, ਲਾਲਾ ਜੀ ਕੋਲੋਂ ਮਾਲ ਸਾਰਾ ਲਦਵਾ ਲਿਆ ਬਈ, ਪੇਮੈਂਟ ਲੈ ਕੇ ਪਹੁੰਚੋ। 21,926 ਰੁਪਈਏ ਤੇ 50 ਪੈਸੇ। ਹਾਂ 50 ਪੈਸੇ ਬਣੇ ਆ ਬਈ। ਆ ਗਈ ਸੀ ਲਾਲਾ ਜੀ ਦੀ ਆਵਾਜ਼? ਵੀ ਪਹੁੰਚ ਗਈ ਤੁਹਾਡੀ ਆਵਾਜ਼? ਵੀ ਪਹੁੰਚ ਗਈ ਸੀ। ਕੀ ਪੁਲਿਸ ਵਾਲੇ ਨੇ ਫੜ ਲਿਆ? ਲਾਇਸੈਂਸ ਹੈ ਨਹੀਂ ਸੀ ਤੇਰੇ ਕੋਲ ਤੇ ਬੇਵਕੂਫਾ ਲਾਇਸੈਂਸ ਲੈ ਕੇ ਘਰੋਂ ਨਿਕਲਣਾ ਸੀ। ਬਦਤਮੀਜ਼ ਪੁਲਿਸ ਵਾਲਿਆਂ ਨਾਲ ਗੱਲ ਕਰਾ ਮੇਰੀ। ਉਹ ਸਾਡੇ ਤੁਹਾਨੂੰ ਪਤਾ ਅੱਜ ਸਖਤੀ ਬਹੁਤ ਕਰ ਰਹੇ ਨੇ, ਉਹਨੂੰ ਸਮਝਿਆ ਨਹੀਂ ਸੀ ਉਹਦੇ ਕੋਲ। ਨਹੀਂ ਗੱਲ ਕਰ ਰਹੇ ਤੇ ਇੰਨੀ ਯਾਰ, ਤੇਰੇ ਕੋਲ ਪੇਮੈਂਟ ਵਿੱਚ 150 ਦੇ ਪੁਲਿਸ ਵਾਲਿਆਂ ਨੂੰ, ਕੰਮ ਕਾ ਵਿੱਚੋਂ ਇੱਥੇ ਪਹੁੰਚੋ, ਇੱਥੇ ਪੇਮੈਂਟ ਕਰੀਏ ਤੇ ਜਾਈਏ, ਮੈਂ ਫਸਿਆ ਪਿਆ ਇੱਥੇ ਬਿਨਾਂ ਗੱਲ ਤੋਂ। ਅੱਛਾ ਨਹੀਂ ਮੰਨਦੇ, ਉਹ ਸਖਤੀ ਬਹੁਤ ਹੈ ਜੀ, ਪੈਸਾ ਨਹੀਂ ਲੈ ਰਹੇ ਅੱਜ ਕੱਲ੍ਹ, ਮੈਨੂੰ ਆਪ ਆਉਣਾ ਪਏਗਾ। ਚੱਲ ਕੋਈ ਨੀ, ਮੈਂ ਆਪ ਆਉਂਦਾ ਫਿਰ। ਹਾਂ ਯਾਰ ਪੇਮੈਂਟ ਕਰੀ ਉਹਨਾਂ ਦੀ, 21,926 ਰੁਪਈਏ 50 ਪੈਸੇ। ਹਾਂ ਠੀਕ ਹੈ, ਚੱਲ ਮੈਂ ਆਪ ਆਉਂਦਾ ਫਿਰ। ਅੱਛਾ ਪੁਲਿਸ ਵਾਲਿਆਂ ਦਾ ਤੁਹਾਨੂੰ ਪਤਾ ਅੱਜ ਕੱਲ੍ਹ ਲਾਲਾ ਸਖਤੀ ਬਹੁਤ ਕਰਦੇ ਨੇ, ਤੇ ਬੱਚਾ ਥੋੜਾ ਸੈਂਸਿਟਿਵ ਜਿਹਾ, ਡਰਾਕਾ ਜਿਹਾ ਥੋੜਾ ਜਿਹਾ ਰੋਕਿਆ ਹੋਇਆ ਪੁਲਿਸ ਵਾਲਿਆਂ ਨੇ। ਇੱਦਾਂ ਕਰਦੇ ਆ, ਮੈਂ ਆਪ ਜਾਣਾ ਫਿਰ। ਅੱਛਾ ਹਾਂ, ਮੈਂ ਉਹਨੂੰ ਲੈ ਕੇ ਆਣਾ ਜਾ ਕੇ, ਹਨਾ ਜੀ ਆਪ। ਘਬਰਾਓ ਨਾ ਤੁਸੀਂ, ਮੈਂ ਸਮਝ ਗਿਆ ਕਿਉਂ ਘਬਰਾ ਰਹੇ ਹੋ, ਇਹ ਬੰਦੇ ਮੇਰੇ ਦੋਵੇਂ ਇੱਥੇ ਬੈਠੇ ਆ। ਰਤਨ ਭਾਜੀ, ਵਿਨੋਦ ਆ ਜਾ ਬਈ, ਹੈ ਬੈਠੋ 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 ਬੈਠੋ। ਰਤਨ ਭਾਜੀ, ਵਿਨੋਦ, ਬਹੁਤ ਖਾਸ ਬੰਦੇ ਆਪਣੇ। ਅੱਛਾ ਇੱਦਾਂ ਆ ਬੰਦੇ ਮੈਂ ਆਪਣੇ ਦੋ ਇੱਥੇ ਛੱਡ ਚੱਲਿਆ ਤੇ ਪੈਸੇ ਲੈਣ ਨਾਲ ਤਾਂ ਫਿਰ ਬੰਦੇ ਚਲੇ ਜਾਂਦੇ ਆ, ਠੀਕ ਹੈ ਜੀ? ਮੈਂ ਆਇਆ ਪੈਸੇ ਲੈ ਕੇ, ਮੁੰਡੇ ਬੈਠੇ ਦੋਵੇਂ ਇੱਥੇ। ਆਇਆ ਬਈ ਮੁੰਡਿਓ ਮੈਂ। ਤਨੇ ਬਾਬੂ ਜੀ, ਹਮਾਰੇ ਹਿਸਾਬ ਕਰ ਦੋ ਨਾ, ਹਮ ਜਾਈ ਕਾਹਦਾ ਸਾਹਿਬ ਹੈ? ਉਹ ਸਾਹਿਬ ਤਾਂ ਤੁਸੀਂ ਕਰਨਾ ਮੇਰੇ ਨਾਲ, ਤੁਸੀਂ ਕਰਨਾ ਹੈਗਾ ਹਿਸਾਬ ਲਾਲਾ ਜੀ, ਅਸੀਂ ਕਾਹਦਾ ਹਿਸਾਬ ਕਰਨਾ ਹੈਗਾ ਤੁਹਾਡਾ, ਇੱਕ ਤੁਸੀਂ ਉਹ ਬੰਦਾ ਪਤਾ ਨਹੀਂ ਕਿੱਥੇ ਭੇਜ ਦਿੱਤਾ ਹੈਗਾ। ਉਹ ਮੇਰਾ ਬੰਦਾ ਨਹੀਂ ਹੈਗਾ, ਤੁਹਾਡਾ ਹੈਗਾ। ਉਹ ਨਾਲ ਆਇਓ ਕਿ ਨਹੀਂ ਉਹਦੇ ਨਾਲ? ਸਾਡਾ ਕਿੱਥੇ ਬੰਦਾ ਹੈਗਾ, ਤੁਹਾਡਾ ਬੰਦਾ ਹੈਗਾ, ਸਾਨੂੰ ਤਾਂ ਦਿਹਾੜੀ ਤੇ ਲਿਆਂਦਾ, ਟੈਂਪੂ ਵਿੱਚ ਸਮਾਨ ਲੱਦਣਾ। ਓਏ ਮੈਂ ਸਮਝ ਗਿਆ, ਓਏ ਮੈਂ ਸਮਝ ਗਿਆ ਮਨੋਹਰ ਲਾਲਾ, ਮੈਂ ਸਮਝ ਗਿਆ, ਪਤਾ ਲੱਗ ਗਿਆ ਮੈਨੂੰ, ਉਹ ਸਾਡਾ ਕੁੰਡਾ ਕਰਕੇ ਛੂ ਮੰਤਰ। ਛੂ ਮੰਤਰ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
ਜੀ ਸਾਡੇ ਸ਼ਹਿਰ ਦੇ ਸਭ ਤੋਂ ਨਵੀਂ ਗ੍ਰਾਮੀ ਡਾਕਟਰ ਕੰਪਲੀਕੇਟਡ ਤੋਂ ਕੰਪਲੀਕੇਟਡ ਕੇਸ ਇਹਨਾਂ ਕੋਲ ਲੈ ਕੇ ਐ ਸੋਲਵ ਕਰਦੇ ਆ ਕਿਉਂ ਡਾਕਟਰ ਸਾਹਿਬ ਮੈਂ ਡਾਕਟਰ ਨਹੀਂ ਕੰਪਾਊਂਡਰ ਹਾਂ ਡਾਕਟਰ ਸਾਹਿਬ ਤਾਂ ਜਾਣ ਵਾਲੇ ਨੇ ਐਵੇਂ ਤਾਂ ਹੀ ਸੋਚਦਾ ਸੀ ਮੈਂ ਇੰਨਾ ਛੋਟਾ ਡਾਕਟਰ ਨਹੀਂ ਹੋ ਸਕਦਾ ਭੁਲੇਖਾ ਲੱਗ ਜਾਂਦਾ ਕਿਸੇ ਬੰਦੇ ਨੂੰ ਥੋੜੀ ਦੂਰ ਟੀਵੀ ਫਰਿੱਜਾਂ ਦੀ ਦੁਕਾਨ ਹੈ ਇਲੈਕਟ੍ਰੋਨਿਕ ਗੁਡਸ ਦੀ ਉਹਨਾਂ ਦੇ ਇੱਕ ਬੇਟਾ ਹੈ ਉਹ ਦਰਅਸਲ ਪ੍ਰੋਬਲਮ ਇਹ ਹੈ ਕਿ ਛੋਟੇ ਹੁੰਦੇ ਬਿਜ਼ਨਸ ਚ ਪਾ ਦਿੱਤਾ ਸੀ ਅੱਛਾ ਹੁਣ ਬਿਜ਼ਨਸ ਇਹ ਕਰਕੇ ਪੈਸੇ ਚ ਘਿਰ ਗਿਆ ਚਾ ਹੁਣ ਪੈਸੇ ਤੋਂ ਇਲਾਵਾ ਉਹਨੂੰ ਕੁਛ ਨਜ਼ਰ ਨਹੀਂ ਆਉਂਦਾ ਪੈਸੇ ਤੋਂ ਇਲਾਵਾ ਕੁਛ ਸੋਚਦਾ ਨਹੀਂ ਉਹਨੂੰ ਜਿੱਥੇ ਬੈਠਾ ਹੁੰਦਾ ਜਿੱਥੇ ਕੋਈ ਗੱਲ ਚੱਲਦੀ ਉੱਥੇ ਕਹਿੰਦਾ ਲਿਆਓ ਪੈਸੇ ਬਹੁਤ ਖਤਰਨਾਕ ਹੋ ਚੁੱਕਾ ਉਹਨੂੰ ਕਾਬੂ ਕਰਕੇ ਲਿਆਉਣਾ ਬਹੁਤ ਮੁਸ਼ਕਿਲ ਹੈ ਉਹਦੇ ਲਈ ਸਾਨੂੰ ਤੁਹਾਡੀ ਐਂਬੂਲੈਂਸ ਚਾਹੀਦੀ ਹੋਏਗੀ ਆਪਣੀ ਐਂਬੂਲੈਂਸ ਭੇਜੋ ਤੁਹਾਡੀ ਐਂਬੂਲੈਂਸ ਦੇ ਵਿੱਚ ਬਾਕਟ ਨੂੰ ਲਿਆਉਂਦੇ ਹਾਂ ਅਸੀਂ ਨੋ ਪ੍ਰੋਬਲਮ ਨੋ ਪ੍ਰੋਬਲਮ ਸਤੀ ਜੀ ਸਰ ਐਂਬੂਲੈਂਸ ਲੈ ਕੇ ਨਾਲ ਜੀ ਸਰ ਇਹ ਦੇਖ ਲਿਓ ਉੱਥੇ ਕਿਹੜਾ ਟ੍ਰੀਟਮੈਂਟ ਲਾਗੂ ਹੋਣਾ ਹੈ ਇੱਕੋ ਹੀ ਗੱਲ ਕਹਿੰਦਾ ਲਿਆਓ ਪੈਸੇ ਲਿਆਓ ਪੈਸੇ ਡੋਂਟ ਵਰੀ ਸਤਪਾਲ ਜੀ ਚਲੀਏ ਫਿਰ ਡਾਕਟਰ ਸਾਹਿਬ ਨੇ ਕਿਹਾ ਤੁਹਾਨੂੰ ਚਲੋ ਜੀ ਚਲੋ ਹਾਂ ਚਲੋ ਇੱਕ ਪਰ ਮੇਰੀ ਗੱਲ ਸੁਣੋਗੇ ਬਾਹਰ ਆ ਕੇ ਆਜੋ ਦਰਅਸਲ ਤੁਹਾਨੂੰ ਇੱਕ ਸਲਾਹ ਦਿਓਗੇ ਸਾਡੇ ਕੋਲ ਥੋੜਾ ਸਮਾਨ ਹੈ ਉਹਨੂੰ ਰੱਖੀਏ ਕਿੱਥੇ ਕਿਉਂਕਿ ਪੇਸ਼ੈਂਟ ਲੈਣ ਜਾਣਾ ਆਹ ਸਮਾਨ ਲੈ ਕੇ ਜਾਂਦੇ ਚੰਗੇ ਨਹੀਂ ਲੱਗਦੇ ਮੇਰੇ ਲਈ ਕੀ ਹੁਕਮ ਹੈ ਹੁਕਮ ਤਾਂ ਨਹੀਂ ਬੇਨਤੀ ਹੈ ਜਾਣ ਫਿਰ ਇੱਦਾਂ ਵੈਨ ਤਾਂ ਮੈਨੂੰ ਚਲਾਉਣੀ ਆਉਂਦੀ ਹੈ ਐਂਬੂਲੈਂਸ ਮੈਂ ਲੈ ਜਾਂਦਾ ਤੁਸੀਂ ਜਦ ਤੱਕ ਸਮਾਨ ਮੁਕਾਓ ਸਮਾਨ ਤਾਂ ਤੁਹਾਡਾ ਮੁਕਾ ਹੀ ਦਿੰਦੇ ਹਾਂ ਐਂਬੂਲੈਂਸ ਵੀ ਲੈ ਜਾਓ ਪਰ ਡਾਕਟਰ ਸਾਹਿਬ ਨੂੰ ਨਾ ਪਤਾ ਲੱਗੇ ਮੁਕਾ ਦਿਓ ਡਾਕਟਰ ਅਰੋੜਾ ਦੀ ਐਂਬੂਲੈਂਸ ਲੱਗਦੀ ਹੈ ਆਪਣਾ ਵਾਸ਼ਿੰਗ ਮਸ਼ੀਨ ਡੀਵੀਡੀ ਵੀਸੀਆਰ ਜੋ ਕੁਛ ਵੀ ਸੁੱਕ ਜਾਂਦਾ ਫੰਕਸ਼ਨ ਵਾਸਤੇ ਨਾ ਸ਼ੋਰ ਸ਼ੋਰ ਜੋ ਮਰਜ਼ੀ ਦੇਖੋ ਸਾਡਾ ਆਪਣਾ ਸ਼ੋਰੂਮ ਹੈ ਘੁੱਲੇ ਪੱਤਰ ਹਾਂਜੀ ਡੈਡੀ ਜੀ ਲਾਜ਼ਮੀ ਕਰਨੀ ਇਸ ਕਰਕੇ ਉਹਨਾਂ ਦਾ ਬੰਦਾ ਨਾਲ ਲੈ ਕੇ ਆਉਣਾ ਔਰ ਜਿੰਨੀ ਪੇਮੈਂਟ ਬਣਦੀ ਹੋਏਗੀ ਕੈਸ਼ ਮੇਰੇ ਕੋਲੋਂ ਪੇਮੈਂਟ ਲੈ ਕੇ ਜਾਏਗਾ ਏਦਾਂ ਕਰੋ ਪੁੱਤਰ ਇਹ ਸਰਦਾਰ ਸਾਹਿਬ ਦੇ ਨਾਲ ਡਾਕਟਰ ਸਾਹਿਬ ਦੇ ਕੋਲ ਚਲੇ ਜਾਓ ਜੋ ਵੀ ਉਹ ਪੈਸੇ ਦੇਣਗੇ ਉਹ ਆਪਣੀ ਜੇਬ ਪਾ ਕੇ ਧਿਆਨ ਨਾਲ ਇੱਥੇ ਲੈ ਕੇ ਆਣੇ ਸ਼ੋਰੂਮ ਤੇ ਠੀਕ ਹੈ ਡੈਡੀ ਦੇਖ ਡਾਕਟਰ ਸਾਹਿਬ ਦੀ ਯਾਦਾਸ਼ਤ ਹੈ ਕਿ ਬੜੀ ਮਾੜੀ ਦੋਨੋਂ ਗੋੜੀ ਹਾਂ ਭੁੱਲ ਜਾਂਦੇ ਨੇ ਉਹ ਜਦੋਂ ਉਹਨਾਂ ਦੇ ਕਲੀਨਿਕ 'ਚ ਬੈਠਾ ਹੋਏਗਾ ਨਾ
ਉਹਨਾਂ ਨੂੰ ਮਿੰਟ ਮਿੰਟ ਬਾਅਦ ਯਾਦ ਕਰਾਉਂਦੇ ਰਹਿਣਾ, ਲਿਆਓ ਪੈਸੇ ਠੀਕ ਹੈ ਨਾ, ਬੋਲੇਗਾ ਨਾ ਠੀਕ ਹੈ, ਡਰੇਗਾ ਤੇ ਨਹੀਂ, ਭਾਵੇਂ ਤੂੰ ਡਰਦਾ ਵੀ ਹੋਏ ਡਾਕਟਰ ਸਾਹਿਬ ਕੋਲੋਂ, ਪਰ ਇੰਨੀ ਗੱਲ ਜ਼ਰੂਰ ਕਹਿ ਦੇਣੀ ਉਹਨਾਂ ਨੂੰ, ਲਿਆਓ ਪੈਸੇ ਹੈ ਨਾ, ਜਿੱਥੇ ਮੌਕਾ ਮਿਲੇ ਤੂੰ ਇੰਨੀ ਗੱਲ ਕਹਿਣੀ, ਲਿਆਓ ਪੈਸੇ, ਲਿਆਓ ਪੈਸੇ, ਯਾਦ ਰੱਖੀ ਬਸ ਠੀਕ ਹੈ। ਤੁਸੀਂ ਜਾਣੋ ਤੁਹਾਡਾ ਕੰਮ ਜਾ ਕੇ ਠੀਕ ਹੈ ਜੀ, ਤੁਹਾਨੂੰ ਭਲੇ ਤੁਸੀਂ ਬੈਠੇ ਹੋ, ਇਹ ਬੈਠੇ ਨੇ ਕਰ ਲਈ ਗੱਲ, ਓਕੇ ਹਾਂਜੀ। ਹੁਣ ਦੱਸੋ ਕੀ ਹੈ ਤੁਸੀਂ ਕੁਤਬ ਮਿਨਾਰ ਦੀਆਂ ਮੰਜ਼ਿਲਾਂ ਦੱਸੋ ਤੂੰ ਕਿੰਨੀਆਂ ਪਹਿਲੋ ਯਾਰ ਬਹੁਤ ਬਦਤਮੀਜ ਕਿਸਮ ਦੇ ਆਦਮੀ ਤੁਸੀਂ, ਇਹ ਤੁਹਾਡਾ ਖੋਪੜ ਕੰਮ ਨੀ ਕਰਦਾ ਤੇ ਇਹਨੂੰ ਘੱਟੋ ਘੱਟ ਇਸਤੇਮਾਲ ਨਾ ਕਰਿਆ ਕਰੋ ਯਾਰ। ਮੈਨੂੰ ਇੱਕ ਗੱਲ ਜਵਾਬ ਦਿਓ, ਤੁਸੀਂ ਅੰਬ ਖਾਣੇ ਕਿ ਰੁੱਖ ਕਿੰਨੇ ਆ? ਅੰਬ ਖਾਣੇ, ਅੰਬ ਖਾਣੇ ਨਾ ਤੇ ਅੰਬ ਕਿਹੜੋ ਰੁੱਖ ਕਿਉਂ ਗਿਣਦੇ ਹੋ? ਭੇਜੋ ਜੀ ਫਿਰ ਜ਼ਰਾ ਇੱਧਰ ਆ ਜਾ ਚਾਚਾ ਜੀ, ਪਛਾਣਿਆ ਨੀ ਲੱਗਦਾ, ਨਹੀਂ ਪਛਾਣਿਆ
ਉੱਥੇ ਫੇਰ ਪੰਗਾ ਲੈ ਫੇਰ ਨੇੜੇ ਆ ਜਾਂਦੇ ਆਪੇ ਪਛਾਣੋਗੇ ਹੁਣ ਜਰਾ ਗੌਰ ਨਾਲ ਵੇਖੋ ਮੈਨੂੰ ਇੰਨੀ ਗੌਰ ਨਾਲ ਵੇਖੋ ਮੈਨੂੰ ਡਰ ਲੱਗਣ ਡਿਆ ਜੀ ਉਹ ਮੈਨੂੰ ਦੇਖ ਤੇ ਲੈਣ ਦੇ ਕਿੱਦਾਂ ਦਾ ਤੂੰ ਗੌਰ ਨਾਲ ਵੇਖੋ ਪਛਾਣਿਆ ਨੀ ਨਹੀਂ ਤੁਸੀਂ ਡਾਕਟਰ ਨਾ ਬਣੋ ਹਲਵਾਈ ਲਓ ਇੱਦਾਂ ਦੂਰੋਂ ਵੇਖੋ ਮੈਨੂੰ ਚਾਚੇ ਪਛਾਣਿਆ ਨਹੀਂ ਜੇ ਮੈਂ ਨਹੀਂ ਪਛਾਣਿਆ ਤੈਨੂੰ ਐਡਾ ਐਡਾ ਹੁੰਦਾ ਤੁਹਾਡੇ ਹੱਥਾਂ 'ਚ ਖੇਡਦਾ ਰਿਹਾ ਮੈਂ ਐਡਾ ਹੀ ਸਹਿਣਾ ਹੁਣ ਤਾਂ ਕਿੱਦਾਂ ਕਿਉਂ ਆਏ ਆ ਫਿਰ ਪਛਾਣੋ ਮੈਨੂੰ ਭਲਾ ਮੈਂ ਨਹੀਂ ਪਛਾਣਿਆ ਨਹੀਂ ਪਛਾਣਿਆ ਜਾਓ ਮੈਂ ਨਹੀਂ ਤੁਹਾਡੇ ਨਾਲ ਬੋਲਣਾ ਨਹੀਂ ਬਹੁਤ ਜ਼ਰੂਰ ਤਾਂ ਮੈਂ ਪਛਾਣਿਆ ਨਹੀਂ ਹੂੰ ਮੈਂ ਦੱਸਾਂ ਫਿਰ ਹਾਂ ਆ ਸਾਹਮਣੇ ਸੁਨਿਆਰਿਆਂ ਦੀ ਦੁਕਾਨ ਨਹੀਂ ਹੈਗੀ ਉਹ ਸਾਹਮਣੇ ਹਾਂ ਉਹ ਮੇਰੇ ਵੱਡੇ ਭਾਈ ਸਾਹਿਬ ਜੀ ਆ ਆਓ ਤੈਨੂੰ ਤਾਂ ਮੈਂ ਤਾਂ ਕਦੇ ਨਹੀਂ ਵੇਖਿਆ ਦਰਅਸਲ ਮੈਂ ਚਾਚਾ ਜੀ ਜ਼ਿਆਦਾ ਬਾਹਰ ਹੁੰਦਾ ਯਾਰ ਕਿੱਥੇ ਬਾਹਰ ਬਾਹਰ ਆਪਣੇ ਬਾਹਰ ਹਾਂਜੀ ਮੈਂ ਬਾਹਰ ਹੁੰਦਾ ਉਹ ਜਿੱਥੇ ਅੰਗਰੇਜ਼ ਰਹਿੰਦੇ ਆ ਹਾਂਜੀ ਹਾਂਜੀ ਉਹ ਕਿੱਥੇ ਕਿੱਥੇ ਮਤਲਬ ਮੈਂ ਮੇਰੇ ਕੋਲ 70-80 ਕੰਟਰੀਆਂ ਦੀ ਸਿਟੀਜ਼ਨਸ਼ਿਪ ਹੈ ਇਸ ਕਰਕੇ ਮੈਂ ਇੱਥੇ ਘੱਟ ਆਉਣਾ ਦੁਕਾਨ ਤੇ ਅੱਛਾ ਅੱਛਾ ਤੇ ਮੇਰੇ ਆਏ ਜੀ ਦੋ ਯਾਰ ਸਾਹਮਣੇ ਵੇਖੋ ਇਹ ਕਿੱਥੋਂ ਆਇਆ ਇਹ ਥਾਈਲੈਂਡ ਤੋਂ ਥਾਈਲੈਂਡ ਕੀ ਹੁੰਦਾ ਥਾਈਲੈਂਡ ਜਿਹਦਾ ਮਤਲਬ ਇੰਗਲੈਂਡ ਨਹੀਂ ਹੁੰਦਾ ਇੰਗਲੈਂਡ ਦੀ ਛੋਟੀ ਭੈਣ ਹੈ ਥਾਈਲੈਂਡ ਥਾਈਲੈਂਡ ਹਾਂਜੀ ਮਤਲਬ ਇੰਗਲੈਂਡ ਦੀ ਭੈਣ ਹਾਂਜੀ ਇੰਗਲੈਂਡ ਦੀ ਭੈਣ ਪਹਿਲੇ ਹੀ ਪਤਾ ਲੱਗਾ ਇਹ ਦੋਵੇਂ ਭਾਈ ਸਾਹਿਬ ਉੱਥੋਂ ਅੰਗਰੇਜ਼ ਨੇ ਅੰਗਰੇਜ਼ ਅੰਗਰੇਜ਼ ਹਾਂਜੀ ਕੋਈ ਨਾ ਪੱਗਾਂ ਬੰਨੀ ਆ ਪੱਗਾਂ ਦੇ ਬੰਨੀ ਆ ਪਤਾ ਕੀ ਆ ਪੰਜਾਬ ਚ ਆਏ ਆ ਨਾ ਅੱਛਾ ਤੇ ਮਾਹੌਲ ਬਣਾ ਲਿਆ ਇਹਨਾਂ ਨੇ ਪੰਜਾਬ ਵਾਲਾ ਪੰਜਾਬ ਆ ਕੇ ਪੱਗਾਂ ਬੰਨਣ ਲੱਗ ਪਏ ਹਾਂਜੀ 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 ਇਹ ਗੋਰੇ ਨੇ ਅੰਗਰੇਜ਼ ਨੇ ਵੇਖੋ ਬੋਲਦੇ ਕਿੱਦਾਂ ਹਾਓ ਹਾਓ ਕਰਨ ਦੇ ਨਾ ਹਾਓ ਇਹ ਅੰਗਰੇਜ਼ੀ ਚ ਹਾਓ ਹੁੰਦਾ ਹਾਓ ਹਾਓ ਕੀ ਹੁੰਦਾ ਹਾਓ ਅੰਗਰੇਜ਼ੀ ਹਾਓ ਹਾਓ ਚਾਚਾ ਅੰਗਰੇਜ਼ੀ ਸੇ ਅੱਗੇ ਆ ਹਾਓ ਹਾਓ ਦਿਸ ਇਜ਼ ਸਮੋਸਾ ਮੇਡ ਬਾਈ ਚਾਚਾ ਤਲਿੰਗ ਤਲਿੰਗ ਚਟਨੀ ਪਾਇੰਗ ਤੁਸੀਂ ਖਾਇੰਗ ਯਾ 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 ਹਾਓ ਆਪਣੇ ਰੱਖੀ ਸੀ ਪਾਰਟੀ ਇੱਕ ਛੋਟੀ ਜੀ ਅਸੀਂ ਤਾਂ ਪਾਰਟੀ ਰੱਖੀ ਹੈ ਨਹੀਂ ਤੇ ਉੱਥੇ ਚਾਹੀਦੇ ਸਾਨੂੰ ਸਮੋਸੇ ਸਮੋਸੇ ਤੇ ਮੈਂ ਦੁਕਾਨ ਤੇ ਖਲੋ ਕੇ ਤੁਹਾਨੂੰ ਦਿਆਂਗਾ ਆਵਾਜ਼ ਅੱਛਾ ਉੱਚੀ ਸਾਰੀ ਉੱਚੀ ਸਾਰੀ ਤੇ 60-70 ਸਮੋਸੇ ਭੇਜ ਦੇ ਉੱਥੇ ਮੇਰੀ ਗੱਲ ਸੁਣ ਕਾਕਾ ਮੇਰੀ ਗੱਲ ਸੁਣ ਲੈ ਜਾਂ ਕਹਿ 60 ਜਾਂ ਕਹਿ 70 ਮੈਂ ਕਹਾਂ ਨਪੜ ਤੇ ਮੁੰਡ ਤੋਂ ਲਿਖ ਕੇ ਦੇ ਦੇ ਕਿੰਨੇ ਚਾਹੀਦੇ ਆ ਕੈਸਾ ਨਪਾੜੇ ਚਾਚਾ ਜਿਹੜਾ ਲਿਖਾ ਕੇ ਲੈਣ ਦੇ ਮੈਂ ਕੀ ਕੱਢਾਂ ਨਾ ਮੈਂ ਇਦਾਂ ਮੈਨੂੰ ਪਤਾ ਨਹੀਂ ਨਾ ਭਾਈ ਸਾਨੂੰ ਪੁੱਛਦੇ ਆ ਵੀ ਕਿੰਨੇ ਸਮੋਸੇ ਚਾਹੀਦੇ ਨੇ ਅੱਛਾ ਮੈਂ ਉੱਥੋਂ ਆਵਾਜ਼ ਦੇ ਦੇਵਾਂਗਾ 60 ਜਾਂ 70 ਜਿੰਨੇ ਚਾਹੀਦੇ ਮੈਂ ਕਹਾਂਗਾ 60 ਤੇ 60 ਅੱਛਾ ਤਾਜ਼ੇ ਚਾਹੀਦੇ ਆ ਜੇ ਮੈਂ ਕਹਾਂਗਾ 70 ਤੇ 70 ਅੱਛਾ ਉੱਥੋਂ ਦੇਵਾਂਗਾ ਆਵਾਜ਼ ਅੱਛਾ ਤੇ ਤੁਸੀਂ ਭਾਈ ਸਾਹਿਬ ਨੂੰ ਕਹਿ ਦਿਓ ਵੀ ਹਾਂਜੀ 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 ਉੱਚੀ ਬੋਲਣਾ ਮੈਂ ਬਹੁਤ ਉੱਚੀ ਬੋਲਾਂਗਾ ਮੈਂ ਕਹਾਂਗਾ ਬਸ ਤੁਸੀਂ ਉੱਥੋਂ ਆਵਾਜ਼ ਦੇ ਦਿਓ ਵੀ ਹਾਂਜੀ ਹੋ ਗਏ ਚੰਗਾ ਠੀਕ ਹੈ ਚੰਗਾ ਚਾਚਾ ਜੀ ਸਮੋਸੇ ਤਲ ਕੇ ਰੱਖ ਲਾ ਕੀ ਜਾ ਰਹਾ ਚਲੋ ਅੰਗਰੇਜ਼ੋ ਹਾਂ ਵੈਰੀ ਗੁੱਡ ਵੈਰੀ ਗੁੱਡ ਇਹ ਤੁਹਾਡਾ ਬਣਿਆ ਇਸ ਵੇਲੇ 65,000 ਰੁਪਇਆ 65,000 ਰੁਪਇਆ ਜਾਂ ਤੇ ਫਿਰ 60 ਬਣੇ ਤੇ ਜਾਂ 70 ਬਣੇ ਹਨਾ ਜੀ 60 ਬਣਾ ਲਓ ਨਹੀਂ ਜੀ ਨਹੀਂ ਘਟਾਉਣਾ ਕੁਛ ਨਹੀਂ ਇਹਦੇ ਚੋਂ ਤੁਸੀਂ ਇਦਾਂ ਕਰੋ 70 ਪੂਰਾ ਕਰੋ ਜੀ ਇਹ ਤੁਸੀਂ ਕੋਈ ਮੇਰੇ ਮੁੰਦਰੀ ਪਾਓ ਜਿਹੜੀ 5,000 ਰੁਪਏ ਦੀ ਹੋਵੇ 5,000 ਦੀ ਮੁੰਦਰੀ ਮਤਲਬ ਪੂਰੀ 5,000 ਦੀ ਚਾਹੀਦੀ ਹੈ 5,000 ਦੀ ਮੁੰਦਰੀ ਇਹ ਮੁੰਦਰੀ ਬਹੁਤ ਵਧੀਆ 450 ਰੁਪਇਆ ਘੱਟ 5,000 ਦੀ ਮੁੰਦਰੀ ਮਤਲਬ ਟੋਟਲ 70,000 ਰੁਪਏ ਚੋਂ ਹੋ ਗਏ ਜੀ 450 ਰੁਪਏ ਘੱਟ ਬਿਲਕੁਲ ਬਿਲਕੁਲ ਤੁਸੀਂ ਏਦਾਂ ਕਰੋ ਨਾ ਤੁਸੀਂ 450 ਰੁਪਏ ਮੈਨੂੰ ਹੱਥੋਂ ਦਿਓ ਤੇ ਆਪਣਾ ਰਾਉਂਡ ਫਿਗਰ ਹੋ ਗਿਆ 70,000 ਕੀ ਮਤਲਬ ਮੈਂ ਸਮਝਿਆ ਨਹੀਂ ਤੁਹਾਡਾ ਰਾਉਂਡ ਫਿਗਰ ਹੋ ਜਾਏਗਾ ਨਾ ਔਰ ਕਿੱਥੇ ਤੁਹਾਨੂੰ ਟੁੱਟੇ ਪੈ ਦਿੰਦਾ ਫਿਰਾਂਗਾ ਨਾ ਤੁਹਾਨੂੰ 70,000 ਪੂਰਾ ਦੇਣਾ ਅੱਛਾ ਮਤਲਬ ਤੁਸੀਂ 70,000 ਰੁਪਏ ਪੂਰਾ ਦਿਓਗੇ ਕਮਾਲ ਹੋ ਗਈ ਹੈ ਮੁੰਦੀ ਪਾ ਦੇ ਭੁੱਲ ਗਏ ਮੁੰਦੀ ਮੁੰਦੀ ਕਾਗਜ਼ ਦਿਓ ਨਹੀਂ ਆ ਪਾ ਹੀ ਦਿਓ ਮੁੰਦਰੀ ਪਾ ਦਿਓ ਮੁੜ ਕੇ ਤੁਸੀਂ ਕਹਿਣਾ ਹੁਣ ਤੁਸੀਂ ਮੁੰਦਰੀ ਪਾ ਦਿਓ ਆਪਣੀ ਕੁੜੀ ਵੀ ਦਿਓ ਨਹੀਂ ਨਹੀਂ ਮੈਂ ਲਾਲਚ ਨਹੀਂ ਹੈ ਮੈਂ ਦੇਖ ਲੈ ਕੇ ਪਛਤਾਣਦੇ ਆ ਜੀ ਤੇ ਵੈਸੇ ਪਾ ਦਿਓ ਹਾਂਜੀ ਪਾ ਦਿਓ ਠੀਕ ਹੈ ਹੈਲੋ ਇਹ ਮੁੰਦਰੀ ਪੈ ਗਈ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਕਿੰਨੀ ਹੈ ਠੀਕ ਹੈ 450 ਰੁਪਏ ਤੁਸੀਂ ਮੈਨੂੰ ਦੇਣਾ ਸੀ ਜੀ ਹਾਂ 450 ਰੁਪਏ ਨਾਲ ਦਿਓ 70,000 ਰੁਪਏ ਦੇ ਰਹੇ ਨੇ 70,000 ਰੁਪਏ ਕੌਣ ਦੇਗਾ ਨਹੀਂ ਇਹ ਤੁਹਾਨੂੰ ਲੱਗਦਾ ਜੇ ਦੇਣ ਵਾਲੇ ਪੈਸੇ ਨਾ ਬੰਦਾ ਜੋ ਮੈਂ ਹੀ ਹਾਂ ਨਾ ਚੀਜ਼ ਪੈਸੇ ਤਾਂ ਦੇਣਦਾ ਰਹਾ ਤੁਹਾਡਾ ਅੱਛਾ ਇੰਨੀ ਖੁਸ਼ੀ ਹੋਈ ਤੁਹਾਡੇ ਨਾਲ ਪਹਿਲੀ ਵਾਰੀ ਐਡਾਂ ਦੇ ਗਾਹਕ ਆਏ ਮਤਲਬ ਐਡਾਂ ਦੇ ਗਾਹਕ ਆਏ 1 2 3 4 450 ਰੁਪਏ ਲਓ ਗਿਣ ਕੇ ਰੱਖੇ ਹੁੰਦੇ ਤੁਸੀਂ ਨਹੀਂ ਕਿਤੇ ਸਾਈਡ ਦੇਖੋ ਜੀ ਬੜੀ ਖੁਸ਼ੀ ਹੋਈ 70,000 ਰੁਪਏ ਹਾਂਜੀ ਤੇ ਚੈੱਕ ਬੁੱਕ ਕੱਢੋ ਵੀ ਚੈੱਕ ਬੁੱਕ ਇਹਦੇ ਚ ਪਈ ਹੋਣੀ ਮੇਰੀ ਕੀ ਮਤਲਬ ਚੈੱਕ ਦੇਣਾ ਨਾ 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 ਦੇਖੋ ਅਸੀਂ ਚੈੱਕ ਨਹੀਂ ਲੈਂਦੇ ਅਸੀਂ ਨਗਦ ਮਾਲ ਲਈਦਾ ਨਗਦ ਮਾਲ ਦੇਈਦਾ ਕੈਸ਼ ਚਾਹੀਦੇ ਤੁਹਾਨੂੰ ਕੈਸ਼ ਪੈਸੇ ਤੇ ਫਿਰ ਇਦਾਂ ਕਰਦੇ ਨਾ ਭਾਜੀ ਹੁਣੀ ਦੇ ਦਿੰਦੇ ਆ ਤੁਹਾਨੂੰ ਭਾਜੀ ਹੁਣੀ ਭਾਜੀ ਹੁਣ ਕੌਣ ਕੀ ਮਤਲਬ ਤੁਸੀਂ ਮੈਨੂੰ ਪਛਾਣਿਆ ਨਹੀਂ ਨਹੀਂ ਕਿਉਂ ਮਖੌਲ ਕਰਨ ਦੇ ਹੋ ਕਹਿੰਦੇ ਪਛਾਣਿਆ ਨਹੀਂ ਨਹੀਂ ਪਛਾਣਿਆ ਤੁਸੀਂ ਆਏ ਹੋ ਤੁਸੀਂ ਕਿਹਾ ਸਮਾਨ ਦਿਖਾ ਸੀ ਤੁਹਾਨੂੰ ਸਮਾਨ ਦਿਖਾ ਤੁਸੀਂ ਪੈਸੇ ਦਿਓ ਇਹ ਕਿਹੜੀ ਪਛਾਣ ਹੋਈ ਮੈਂ ਜਾਣ ਪਛਾਣ ਦੀ ਗੱਲ ਕਰ ਰਿਹਾ ਤੁਸੀਂ ਪਛਾਣਿਆ ਨਹੀਂ ਮੈਨੂੰ ਭਾਜੀ ਮੈਂ ਨਹੀਂ ਪਛਾਣਿਆ ਮੈਨੂੰ ਇੰਨਾ ਪਤਾ ਤੁਸੀਂ ਅੰਦਰ ਆਏ ਹੋ ਸਾਡੇ ਕੋਲ ਸਮਾਨ ਲੈ ਤੁਸੀਂ ਸਾਡੇ ਪੈਸੇ ਦਿਓ ਉਹ ਸਾਹਮਣੇ ਮੇਰੇ ਭਾਜੀ ਹੁਣੀ ਨੇ ਕੌਣ ਭਾਜੀ ਮੈਂ ਉਹ ਚੱਡਾ ਸਾਹਿਬ ਨਹੀਂ ਹਲਵਾਈ ਦੀ ਦੁਕਾਨ ਹੈ ਸਾਹਮਣੇ
ਵੱਡੇ ਭਾਜੀ ਨੇ ਥੋੜੇ ਬੁੱਢੇ ਜ਼ਿਆਦਾ ਲੱਗਦੇ ਨੇ ਹੈ ਮੇਰੇ ਵੱਡੇ ਭਾਜੀ ਨੇ ਵੈਸੇ ਅੱਛਾ ਉਹ ਚੱਡਾ ਲਵਾਈ ਤੁਹਾਡਾ ਭਰਾ ਏ ਅੱਛਾ ਪਛਾਣਿਆ ਨਹੀਂ ਤੁਸੀਂ ਮੈਂ ਤੁਹਾਨੂੰ ਨਹੀਂ ਪਛਾਣਿਆ ਮੈਂ ਤੁਹਾਨੂੰ ਇੱਥੇ ਕਦੇ ਦੇਖਿਆ ਨਹੀਂ ਨਹੀਂ ਮੈਂ ਫਿਰ ਜ਼ਿਆਦਾ ਅੰਦਰ ਹੀ ਹੁੰਦਾ ਬਾਹਰ ਹੁੰਦਾ ਜ਼ਿਆਦਾ ਮੈਂ ਇਹ ਪਾਪਾ ਜੀ ਹੋਣੇ ਦੀ ਫੋਟੋ ਨਹੀਂ ਨਹੀਂ ਕੀ ਗੱਲਾਂ ਕਹਿੰਦੇ ਸਾਡੀ ਇੱਕ ਦੀ ਸਮਾਨ ਦਿੱਤਾ ਉਦੋਂ ਤੀ ਸਾਡੀ ਡੰਡ ਲਾਉਂਦੇ ਹੋ ਆਪ ਪੁੱਛਿਆ ਜੀ ਕਿਸੇ ਲਈ ਵੱਡੇ ਬਜ਼ੁਰਗਾਂ ਦੀ ਫੋਟੋ ਲਾਈ ਹੁੰਦੀ ਹੈ ਨਾ ਦੁਕਾਨ ਤੇ ਨਹੀਂ ਨਹੀਂ ਇਹ ਮਤਲਬ ਇਦਾਂ ਹੁੰਦਾ ਸਾਡਾ ਹੈਗਾ ਸੋਨੇ ਦਾ ਕੰਮ ਹੀਰਿਆਂ ਦਾ ਕੰਮ ਲੋਕੀ ਆ ਕੇ ਐ ਨਜ਼ਰ ਲਾ ਦਿੰਦੇ ਨੇ ਇਸ ਕਰਕੇ ਉਹ ਲਾਇਆ ਨਜ਼ਰ ਬੱਟੀ ਹੋਈ ਅੱਛਾ ਅੱਛਾ ਤੇ ਇਦਾਂ ਕਰੋ ਹਾਂ ਤੁਸੀਂ ਮੇਰੇ ਨਾਲ ਉਹਨਾਂ ਭਾਜੀ ਨੂੰ ਜਰਾ ਤੁਹਾਡੇ ਸਮੂਹ ਤੇ ਕਰਾ ਦਿਆਂ ਮੂੰਹ ਤੇ ਨਹੀਂ 70000 ਰੁਪਏ ਨਾ ਹੋ ਨਾ ਤੁਹਾਨੂੰ ਫੜਾਉਂਦੇ ਆ ਕੈਸ਼ ਚਲੋ ਆਏ ਭਾਜੀ ਹਾਂ ਚੱਡਾ ਸਾਹਿਬ ਭਾਜੀ ਵੱਡੇ ਸਮਾਨ ਤੁਹਾਨੂੰ ਪੈਸੇ ਉਹ ਦੇਣਗੇ ਹਾਂ ਹਾਂ ਆ ਫੜੋ ਤੁਸੀਂ ਕਾਕਾ ਫੜੋ ਉਹ ਫੜਨ ਵਾਲੀ ਗੱਲ ਕਰੋ ਟ੍ਰੈਫਿਕ ਬੜਾ ਆਪਾਂ ਇੱਥੋਂ ਗੱਲ ਕਰਾ ਦਿੰਦੇ ਉਧਰ ਕੀ ਜਾਣਾ ਕਰਾ ਦਿਓ ਭਾਜੀ ਬਜ਼ੁਰਗ ਹੋ ਕੇ ਉੱਚਾ ਸੁਣਦੇ ਜਰਾ ਉੱਚੀ ਬੋਲੋ ਭਾਜੀ ਓ ਹਾਂ ਸੱਤਰ ਆ ਗਏ ਸਮਝੋ ਇੱਧਰ ਭੇਜ ਦਿਓ ਆ ਗਏ ਸਮਝੋ ਲਓ ਜੀ ਮੈਂ ਕਹਿਤਾ ਆ ਗਏ ਸਮਝੋ ਬਸ ਇੰਨੀ ਕੁ ਸਾਰੀ ਗੱਲ ਸੀ ਤਸੱਲੀ ਹੋ ਗਈ ਮਿਹਰਬਾਨੀ ਅੱਛਾ ਤੁਹਾਨੂੰ ਗੱਲ ਹੋ ਗਈ ਤੁਹਾਡੀ ਉੱਧਰ ਵੀ ਕੋਈ ਗੱਲ ਹੁਣ ਅੱਗੋ ਜਦੋਂ ਵੀ ਆਉਣਾ ਸਾਡੇ ਕੋਲ ਆਉਣਾ ਜੀ ਪੱਕਾ ਹੋਰ ਅਸੀਂ ਕਿੱਥੇ ਜਾਣਾ ਹੱਥ ਤੇ ਮਿਲਨੇ ਨਹੀਂ ਨਾ ਰੁੱਝੇ ਨੇ ਤੁਸੀਂ ਯਾਦ ਕਰੋਗੇ ਗੱਲ ਮਿਹਰਬਾਨੀ ਦਰਅਸਲ ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਏਗੀ ਕਿ ਤੁਹਾਡਾ ਇੱਕ ਹੋਮ ਥੀਏਟਰ ਸਿਸਟਮ ਨਿਕਲ ਆਇਆ ਜੀ ਲੱਕੀ ਡਰਾ ਦੇ ਵਿੱਚ ਹੋਮ ਥੀਏਟਰ ਸਿਸਟਮ ਇਹਦੇ ਡਰਾ ਪਾਇਆ ਕੋਈ ਨਹੀਂ ਇਹ ਡਰਾ ਹੀ ਐਸਾ ਜਿਹੜਾ ਪਾਉਣਾ ਨਹੀਂ ਪੈਂਦਾ ਹੁੰਦਾ ਆਪ ਹੀ ਨਿਕਲ ਆਉਂਦਾ ਹੁੰਦਾ ਸੰਗਰੂਰ ਤੋਂ ਮੈਂ ਵੀ ਤੇ ਸੰਗਰੂਰ ਤੋਂ ਮਿਲ ਪੈਂਦੇ ਨੇ ਅਸੀਂ ਦਰਅਸਲ ਕੰਪਨੀ ਤੋਂ ਆਪੂਆ ਜੀ ਗਰਮੀ ਬੜੀ ਬਾਹਰ ਖਲੋ ਕੇ ਗੱਲ ਕਰੀਏ ਸਾਰੀ ਨਹੀਂ ਨਹੀਂ ਆਜੋ ਅੰਦਰ ਆਜੋ ਇੱਧਰ ਕੀ ਕਰਨਾ ਆਪਾਂ ਜਾਣਦੇ ਇਹਨਾਂ ਨੂੰ ਜਾਣਦੇ ਕਿਉਂ ਨੀ ਪੇਕਿਆਂ ਦੀ ਗਲੀ ਚੋਂ ਤਾਂ ਕਿਤੇ ਕੁੱਤਾ ਆਜੋ ਨੀ ਮਾਰ ਦਿੰਦਾ ਤੇ ਮੇਰੇ ਆਪਣਾ ਹੁਣ ਸੁਣਾ ਮੇਰੇ ਸੰਗਰੂਰੀਆ ਤੂੰ ਮੈਨੂੰ ਬਾਹਰ ਕੀ ਸਮਝਾਉਂਦਾ ਸੀ ਦਰਅਸਲ ਸਾਡੀ ਕੰਪਨੀ ਨੇ ਤੁਹਾਡਾ ਇੱਕ ਡਰਾ ਕੱਢਿਆ 2 ਲੱਖ ਰੁਪਏ ਦਾ 2 ਲੱਖ ਮੈਨੂੰ ਤਾਂ ਬਿਲਕੁਲ ਤਬਾਰ ਨਹੀਂ 2 ਲੱਖ ਦੀ ਚੀਜ਼ ਪੈਸਾ ਇੱਕ ਨਾ ਦੇਣਾ ਪਵੇ ਸਾਡੇ ਘਰ ਤੇ ਤਾਂ ਲੱਗ ਜਾਏਗਾ ਤੁਸੀਂ ਚੁੱਪ ਕਰੋ ਤੁਹਾਨੂੰ ਸਵਾਲ ਪਤਾ ਗੱਲ ਦਰਅਸਲ ਇਹ ਹੈਗੀ ਹੈ ਕਿ ਦੇਖੋ ਅਸੀਂ ਅਖਬਾਰਾਂ ਵਿੱਚ ਐਡ ਦਿੰਦੇ ਹਾਂ 10-10, 20-20 ਲੱਖ ਰੁਪਏ ਦੀ ਐਡ ਦਿੰਦੇ ਹਾਂ ਸਾਡੇ 10 ਪੀਸ ਨਹੀਂ ਵਿਕਦੇ ਸਾਨੂੰ ਕੀ ਫਾਇਦਾ ਅਸੀਂ 1 ਪੀਸ ਲਗਾ ਦਿੱਤਾ ਤੁਹਾਡੇ ਅਗਰ ਇੱਥੇ ਕਲੋਨੀ ਦੇ ਵਿੱਚ ਇੰਨੀ ਵੱਡੀ ਕਲੋਨੀ ਹੈ ਰਿਚ ਲੋਕ ਰਹਿੰਦੇ ਇੱਥੇ ਸਭ ਤੋਂ ਵਧੀਆ ਕੋਠੀ ਤੁਹਾਡੀ ਦੀ ਸਾਰਿਆਂ ਨੇ ਕਰਨੀ ਹੁੰਦੀ ਹੈ 1 ਪੀਸ ਤੁਹਾਡੇ ਫ੍ਰੀ ਲਾ ਵੀ ਦਿੱਤਾ ਤੁਹਾਡੀ ਕਲੋਨੀ ਦੇ ਵਿੱਚ 20 ਲੋਕਾਂ ਨੇ ਸੜ ਕੇ ਲਵਾ ਲੈਣੇ ਤੁਹਾਡੇ ਕੋਲ ਇਹਨਾਂ ਨੇ ਲਵਾਇਆ ਤੇ ਅਸੀਂ ਵੀ ਲਵਾਉਣਾ ਪਹਿਲਾਂ ਤੁਸੀਂ ਇਹ ਦੱਸੋ ਕਿ ਸਾਨੂੰ ਵਿੱਚ ਕਿੰਨੇ ਪੈਸੇ ਪਾਉਣੇ ਪੈਣੇ ਕੱਖ ਵੀ ਨਹੀਂ ਪਾਉਣਾ ਬਿਲਕੁਲ ਹੈਲੋ ਸ਼ਰਮਾ ਪ੍ਰਾਪਰਟੀ ਡੀਲਰ ਜੀ ਸਤਿ ਸ਼੍ਰੀ ਅਕਾਲ ਸ਼ਰਮਾ ਪ੍ਰਾਪਰਟੀ ਡੀਲਰ ਤੋਂ ਜੀ ਹਾਂਜੀ ਹਾਂਜੀ ਤੁਹਾਡੀ ਵੇਟ ਕਰ ਰਿਹਾ ਸੀ ਮੈਂ ਦਰਅਸਲ ਆਪਣੀ ਕੋਠੀ ਹੈ ਜੀ ਇਹ ਤੁਹਾਡੀ ਕੋਠੀ ਹੈ ਹਾਂਜੀ 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 ਪਰ ਇੱਥੇ ਤਾਂ ਦੂਸਰੇ ਸਰਦਾਰ ਜੀ ਹੁੰਦੇ ਆ ਉਹ ਸਰਦਾਰ ਜੀ ਮੇਰੇ ਫਾਦਰ ਸਾਹਿਬ ਹੈ ਪਿਤਾ ਜੀ ਹੈ ਮੇਰੇ ਅੱਛਾ ਅੱਛਾ ਪਰ ਮੈਂ ਤਾਂ ਤੁਹਾਨੂੰ ਕਦੇ ਨਹੀਂ ਦੇਖਿਆ ਤੁਸੀਂ ਮੈਨੂੰ ਦੇਖੋਗੇ ਵੀ ਕਿੱਦਾਂ ਦਰਅਸਲ ਚੱਕਰ ਇਹ ਕਿ ਮੈਂ ਫਿਰ ਇੰਗਲੈਂਡ ਹੁੰਦਾ ਜੀ ਬਹੁਤ ਘੱਟ ਕਦੀ ਇੱਥੇ ਚੱਕਰ ਲੱਗਾ ਹੁਣ ਤਾਂ ਕਈ ਸਾਲਾਂ ਬਾਅਦ ਆਇਆ ਇੱਥੇ ਮੈਂ ਦਰਅਸਲ ਮਦਰ ਫਾਦਰ ਦਾ ਵੀ ਬਣ ਗਿਆ ਇੰਗਲੈਂਡ ਦਾ ਪੱਕਾ ਹੀ ਪ੍ਰੋਗਰਾਮ ਕਾਗਜ਼ ਮੈਂ ਲਾਇਆ ਉਹਨਾਂ ਦੇ ਮੈਂ ਸੋਚਦਾ ਕੋਠੀ 'ਚ ਰਹਿਣਾ ਤਾਂ ਕਿਸੇ ਆ ਨਹੀਂ ਹੁਣ ਸੇਲ ਕਰੀਏ ਤੇ ਮਦਰ ਫਾਦਰ ਨੂੰ ਵੀ ਨਾਲ ਹੀ ਲੈ ਜਾਈਏ ਬਿਲਕੁਲ ਠੀਕ ਗੱਲ ਹੈ ਤੁਹਾਡੀ ਇਸ ਕਰਕੇ ਫਿਰ ਇੱਥੇ ਰੱਖਣ ਦਾ ਕੋਈ ਫਾਇਦਾ ਨਹੀਂ ਕਿਰਾਏ ਤੇ ਜਾਏਗਾ ਫਾਇਦਾ ਕੋਈ ਨਹੀਂ ਸੇਲ ਹੀ ਕਰ ਦਿੰਦੇ ਇਹਨੂੰ ਆਹ ਬਾਅਦ 'ਚ ਲੋਕੀ ਕਬਜ਼ਾ ਹੀ ਕਰ ਲੈਂਦੇ ਆ ਮੁੱਲ ਸਹੀ ਪਵਾ ਦਿਓ ਦੇਖ ਲਓ ਕੀ ਮਿਲਦਾ ਇਹਦਾ ਚਲੋ ਆਪਾਂ ਦੇਖ ਲੈਂਦੇ ਹਾਂ
हाँ हाँ देख लेने आ जाओ आ जाओ मैं क्या गुप्ता जी कोठी का दी आ शहर दी आख्या आख भाई 60-70 लाख का सौदा घटो घट गाहक 45 लाख रुपया मंग रहा चलो तुसी फिक्र ना करो मैं देखदा शायद 44.5 ची बन जावे तुसी इदा करो जो थोड़े को 3-4 लाख रुपया पिया ना वो तुसी लेके मेरे दफ्तर पहुंचो फिर 44.5 ची डन कर दी 44.5 ए बहुत माड़ी गल है वैसे थोड़े इंडिया दे विच ना बार्गेनिंग बहुत करदे आ पापा इन्नू ना पता लगे 44.5 दे विच डन हो गया क्योंकि कोठी ते मेरे ना आई है तुसी इदा करो मैं दफ्तर जाके कागज पत्र तैयार कर दा तुसी उत्थे आ जाओ नाले थानू मैं बयाना दे दना नाले तुसी पेपरां ते साइन कर दियो ਤੁਸੀਂ ਜਾ ਕੇ ਡਾਕੂਮੈਂਟ ਤਿਆਰ ਕਰੋ ਮੈਂ ਆਇਆ ਤੁਹਾਡੇ ਵਿੱਚ ਚਲੋ ਠੀਕ ਆ ਪੇਮੈਂਟ ਤਿਆਰ ਰੱਖੋ ਬਸ ਮੈਂ ਕਿਹਾ ਫਿਰ ਟਾਈਮ ਨਾ ਬਹੁਤਾ ਲਾਇਓ ਪਹੁੰਚੋ ਪਹੁੰਚੋ ਐ ਪਾਕੀ ਹੋ ਗਏ ਜੀ 3,05,000 ਰੁਪਇਆ 3,05,000 ਪੂਰਾ ਹੋ ਗਿਆ ਹਾਂ ਹੋ ਗਿਆ ਜੀ 3.5 ਪੂਰਾ ਹੋ ਗਿਆ ਨੋਟ ਅਸਲੀ ਹੈ ਨਾ ਜੀ ਚਿੰਤਾ ਨਾ ਕਰੋ ਸਰਦਾਰ ਜੀ ਠੱਗੀ ਠੋਰੀ ਬਹੁਤ ਚੱਲਦੀ ਜੀ 41 ਲੱਖ ਰੁਪਇਆ ਆਪਣਾ ਬਕਾਇਆ ਰਹਿ ਗਿਆ ਮੈਂ ਕਿਹਾ 41 ਲੱਖ ਰੁਪਇਆ ਤੁਹਾਨੂੰ ਸੋਮਵਾਰ ਮਿਲ ਜੂ ਰਜਿਸਟਰੀ ਦੇ ਟਾਈਮ ਲੈ ਆਇਓ ਫਿਰ ਉਹ ਮੈਂ ਕਿਹਾ ਪਹਿਲੋਂ 41 ਲੱਖ ਦੇਵਾਂਗੇ ਰਜਿਸਟਰੀ ਫੇਰ ਕਰਾਵਾਂਗੇ ਅੱਛਾ ਜੀ ਬਹੁਤ ਮਿਹਰਬਾਨੀ ਬਹੁਤ ਅੱਛਾ ਲੱਗਾ ਸ਼ਰਮਾ ਜੀ ਤੁਹਾਨੂੰ ਮਿਲ ਕੇ ਬਹੁਤ ਮਿਹਰਬਾਨੀ ਜੀ ਥੈਂਕ ਯੂ ਵੈਰੀ ਮੱਚ ਸ਼ੁਮੰਤਰ ਮੱਖਰ ਤੇ ਸੰਦੂਰ ਛੇ ਚੰਦ ਬੂਹੇ ਤੋਂ ਆ ਕੇ ਮੁੜ ਗਏ ਤਾਂ ਮੈਂ ਕਿਸੇ ਨੂੰ ਕੀ ਮੂੰਹ ਮੁਕਾਵਾਂਗਾ ਕੋਈ ਹੋ ਰਾਜਾ ਪੈਸੇ ਦੇਣ ਵਾਲਾ ਸ਼ੇਰ ਪੁੱਤਰੋ ਔਰ ਪੁੱਤੰਦਰੋ ਪਿਓ ਨੂੰ ਇਕੱਲਿਆ ਛੱਡ ਕੇ ਕਿੱਥੇ ਚਲੇ ਗਏ ਸੀ ਜੇ ਨਹੀਂ ਸੀ ਅਰੇਂਜਮੈਂਟ ਹੁੰਦਾ ਪੈਸਿਆਂ ਦਾ ਨਹੀਂ ਸੀ ਅਰੇਂਜਮੈਂਟ ਹੁੰਦਾ ਸਮਾਨ ਦਾ ਤਾਂ ਪੁੱਤੰਦਰੋ ਆ ਤਾਂ ਜਾਂਦੇ ਹੋ ਪਤਾ ਨੀ ਘਰ ਭੈਣ ਦਾ ਵਿਆਹ ਰੱਖਿਆ ਹੈ ਪਿਓ ਕੱਲਾ ਖਾਂਦਾ ਹੋ ਪਰ ਕੋਈ ਨੀ ਹੁਣ ਨੀ ਮੈਂ ਲਈਦਾ ਮੇਰੇ ਦੋ ਪੁੱਤਰ ਆ ਗਏ ਹੁਣ ਨੀ ਮੈਂ ਲਈਦਾ ਪਾਪਾ ਜੀ ਦੋ ਪੁੱਤਰ ਨੀ ਆਏ ਚਾਰ ਪੁੱਤਰ ਆਏ ਨੇ ਸਤਿ ਸ਼੍ਰੀ ਅਕਾਲ ਪਾਪਾ ਜੀ ਇਹ ਕਿਦਾਂ ਹੋ ਸਕਦਾ ਕਿ ਸਾਡੀ ਭੈਣ ਦਾ ਵਿਆਹ ਹੋਵੇ ਤੇ ਅਸੀਂ ਨਾ ਪਹੁੰਚੀਏ ਔਰ ਜਿੱਦਾਂ ਵੀਰਾਂ ਨੇ ਆਖਿਆ ਕਿ ਤੁਹਾਡੇ ਦੋ ਪੁੱਤਰ ਨਹੀਂ ਚਾਰ ਪੁੱਤਰ ਆਏ ਨੇ ਆ ਸਾਡੇ ਹੱਥਾਂ 'ਚ ਥੋੜਾ ਸਮਾਨ ਵੇਖ ਕੇ ਕਦੇ ਘਬਰਾ ਨਾ ਜਾਏ ਉਹ ਇੱਕ ਟਰੱਕ ਪਿੱਛੇ ਵੀ ਖੜਾ ਸਮਾਨ ਦਾ ਚੱਲ ਵੇ ਸ਼ੇਰ ਸਿਆ ਤੂੰ ਵੀ ਵੇਖਣ ਦੇ सारा घर देख लिया सारे कमरे देख लिया 15 मिनट हो गए लगे कि नहीं लगे चले गया घुगी गया क्यों बलविंदर छेती छेती पहुंचो पैलेस ਸੰਤੇ ਪੁੱਤਰ ਤੂੰ ਵੀ ਅਜੇ ਤੱਕ ਤਿਆਰ ਨਹੀਂ ਹੋਇਆ ਤੂੰ ਪੱਗ ਵੀ ਨਹੀਂ ਬੰਨੀ ਬਈ ਛੇਤੀ ਛੇਤੀ ਤਿਆਰ ਹੋ ਕੇ ਪੈਲਸ ਪਹੁੰਚੋ ਇਹ ਨਾ ਵੇ ਬਰਾਤ ਉੱਥੇ ਆ ਜਾਏ ਤੇ ਸਾਡੇ 'ਚ ਉੱਥੇ ਕੋਈ ਹੋਵੇ ਹੀ ਨਾ ਹੈ ਪਾਪੇ ਤੁਹਾਡੀ ਗੱਲ ਠੀਕ ਹੈ ਪਰ ਘੁੱਗੀ ਨਹੀਂ ਲੱਭ ਰਿਹਾ ਘੁੱਗੀ ਨਹੀਂ ਲੱਭ ਰਿਹਾ ਉਹ ਕਿੱਧਰ ਗਿਆ ਵੀਰ ਜੀ ਘੁੱਗੀ ਭਾਈ ਤਾਂ ਸਾਰਿਆਂ ਤੋਂ ਪਹਿਲਾਂ ਤਿਆਰ ਹੁੰਦੇ ਪਏ ਸੀ ਉਹ ਤਾਂ ਉਦੋਂ ਪੱਗ ਬੰਨਦੇ ਪਏ ਸੀ ਜਦੋਂ ਅਜੇ ਕੋਈ ਉੱਠਿਆ ਵੀ ਨਹੀਂ ਸੀ ਚੰਨੀ ਆਈ ਭੂਆ ਜੀ
ਤੁਹਾਡਾ ਕੁੱਗੀ ਵਾਕਿਆ ਬਹੁਤ ਸਿਆਣਾ ਨਿਕਲਿਆ। ਉਹਨੂੰ ਪਤਾ ਹੈ ਉਹਦੇ ਮਗਰ ਪੁਲਿਸ ਲੱਗੀ ਆ। ਐਵੇਂ ਕਿਤੇ ਵਿਆਹ ਚ ਰੰਗ ਚ ਭੰਗ ਨਾ ਪੈ ਜਾਏ, ਇਸੇ ਕਰਕੇ ਚਲਾ ਗਿਆ ਹੋਣਾ। ਛੋਟੀ ਭੈਣ ਨੂੰ ਕੁੱਗੀ ਵੀਰ ਦਾ ਪਿਆਰ, ਕੁੱਗੀ ਵਾਕਿਆ ਠੱਗਾਂ ਦਾ ਠੱਗ ਨਿਕਲਿਆ। ਪਹਿਲਾਂ ਸਾਥੋਂ ਪੈਸੇ ਠੱਗ ਕੇ ਲੈ ਗਿਆ, ਹੁਣ ਤਾਂ ਪਤੰਦਰਾ ਸਾਡਾ ਦਿਲ ਵੀ ਠੱਗ ਕੇ ਲੈ ਗਿਆ। ਸਲਾਮ ਠੱਗਾ ਤੈਨੂੰ ਸਲਾਮ। ਸੱਤ ਚੌਲਾਂ ਦੇ ਦਾਣੇ ਹੱਥ ਵਿੱਚ ਫੜ ਕੇ, ਖੱਡ ਵਿੱਚ ਜਦੋਂ ਰੁੜ ਗਏ ਅੱਗੇ ਜਾ ਕੇ ਬੱਚਾ, ਜਿੱਥੇ ਰੁਕੋਗੇ ਹਾਂਜੀ ਇੱਕ ਨਾਗਮਣੀ ਮਿਲੇਗੀ। ਨਾਗਮਣੀ ਜੀ? ਉਸ ਨਾਗਮਣੀ ਦੇ ਵਿੱਚ ਕੁੱਗੀ ਦਾ ਐਡਰੈਸ ਲਿਖਿਆ, ਬਸ ਕੁੱਗੀ ਫੜਿਆ ਗਿਆ, ਸਮਝੋ। ਓ ਬਾਬਾ ਜੀ, ਤੁਸੀਂ ਮੇਰੀ ਮੁਸ਼ਕਿਲ ਹੱਲ ਕਰਤੀ ਏ। ਬਾਬਾ ਜੀ ਤੁਸੀਂ ਜਾਣੀ ਜਾਣੋ। ਬਾਬਾ ਜੀ ਬਾਬਾ ਜੀ ਹੁਣ ਕੁੱਗੀ ਲੱਭ ਜਾਏਗਾ, ਲੱਭ ਗਿਆ ਸਮਝੋ। ਚਲੋ ਚਲੀਏ ਫਿਰ। ਅੱਜ ਤੱਕ ਤੁਸੀਂ ਵੀ ਇਹ ਪੈਸੇ ਹੱਥੋਂ ਲੈਂਦੇ ਵੇਖੇ ਹੋਣੇ ਨੇ, ਹੱਥੋਂ ਦੇਂਦੇ ਕਦੀ ਵੇਖੇ ਸੀ?